ਬ੍ਰੇਕ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਲਾਈਵ ਚਰਚਾ ਪ੍ਰੋਗਰਾਮ ਵਿੱਚ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਬੈਰੀਐਟ੍ਰਿਕ ਸਰਜਰੀ ਦੇ ਰਾਹੀਂ ਕਿਵੇਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਇਸ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਡਾਕਟਰ ਜਸਮੀਤ ਸਿੰਘ ਅਹਲੂਵਾਲੀਆ ਕੰਸਲਟੈਂਟ ਬੈਰੀਐਟ੍ਰਿਕ ਐਂਡ ਐਡਵਾਂਸ ਲੈਪਰੋਸਕੋਪਿਕ ਸਰਜਨ ਡਾਕਟਰ ਅਹਲੂਵਾਲੀਆ ਅਸੀਂ ਗੱਲ ਕਰ ਰਹੇ ਸੀਗੇ ਕਿ ਬੈਰੀਐਟ੍ਰਿਕ ਸਰਜਰੀ ਦੇ ਰਾਹੀਂ ਅਸੀਂ ਕਿਵੇਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹਾਂ ਇਹਦਾ ਤੁਸੀਂ ਦੱਸ ਰਹੇ ਸੀ ਹੁਣ ਤੱਕ ਕਿ ਜਿਹੜੀਆਂ ਮਤਲਬ ਟ੍ਰੀਟਮੈਂਟਸ ਜਿਹੜੀਆਂ ਹੈਗੀਆਂ ਨੇ ਕਿ ਥੋੜ੍ਹਾ ਬਹੁਤ ਸਰਜਰੀਜ਼ ਵਗੈਰਾ ਮੰਗਦੀਆਂ ਨੇ ਕੋਈ ਐਵੇਂ ਦੀਆਂ ਵੀ ਟ੍ਰੀਟਮੈਂਟ ਹੈਗੀਆਂ ਨੇ ਜੋ ਵਿਦਆਊਟ ਸਰਜਰੀ ਅਸੀਂ ਉਹਨਾਂ ਨੂੰ ਕਰ ਸਕਦੇ ਹਾਂ ਮਤਲਬ ਉਹਨਾਂ ਨੂੰ ਫੋਲੋ ਕਰ ਸਕਦੇ ਹਾਂ ਵੇਟ ਰਿਡਿਊਸ ਕਰਨ ਦੇ ਲਈ ਓਕੇ ਦੇਖੋ ਜਿਹੜਾ ਇੰਡੀਕੇਸ਼ਨ ਫੋਰ ਬੈਰੀਐਟ੍ਰਿਕ ਹੈ ਮਤਲਬ BMI ਮੋਰ ਦੈਨ 32.5 ਪਲੱਸ ਕੋਈ ਹੋਰ ਐਸੋਸੀਏਟਿਡ ਬਿਮਾਰੀ ਜਾਂ BMI ਮੋਰ ਦੈਨ 37.5 ਇਹਨਾਂ ਵਿੱਚ ਸਭ ਤੋਂ ਅੱਛਾ ਟ੍ਰੀਟਮੈਂਟ ਤਾਂ ਬੈਰੀਐਟ੍ਰਿਕ ਹੀ ਮੰਨਿਆ ਜਾਂਦਾ ਅਗਰ ਵੇਟ ਨਹੀਂ ਲੂਜ਼ ਹੋ ਰਿਹਾ ਅਗਰ ਵੇਟ ਥੋੜ੍ਹਾ ਜ਼ਿਆਦਾ ਜਿਸ ਤਰ੍ਹਾਂ ਕਿਸੇ ਦਾ ਸਪੋਜ਼ BMI 31 ਜਿਹੜਾ ਬੈਰੀਐਟ੍ਰਿਕ ਹੀ ਨਹੀਂ ਫੋਲੋ ਹੋ ਰਿਹਾ ਲੇਕਿਨ ਮੈਡੀਸਿਨਸ ਨਾਲ ਜਾਂ ਬਾਕੀ ਮੈਥਡਸ ਨਾਲ ਡਾਈਟਿੰਗ ਨਾਲ ਵੀ ਨਹੀਂ ਘੱਟ ਰਿਹਾ ਉਹਦੇ ਲਈ ਕੁਛ ਮੈਥਡਸ ਹੈ ਵਿਚ ਆਰ ਅਪਕਮਿੰਗ ਜਿਸ ਤਰ੍ਹਾਂ ਅੱਜ ਕੱਲ੍ਹ ਇੱਕ ਬੈਲੂਨਿੰਗ ਕੀਤੀ ਜਾਂਦੀ ਹੈ ਐਂਡੋਸਕੋਪਿਕ ਬੈਲੂਨਿੰਗ ਉਹ ਐਂਡੋਸਕੋਪ ਦੇ ਰਾਹੀਂ ਮੂੰਹ ਚੋਂ ਇੱਕ ਕੈਮਰਾ ਪਾ ਕੇ ਇੱਕ ਬੈਲੂਨ ਸਟਮਕ ਦੇ ਅੰਦਰ ਛੋੜ ਦਿੱਤਾ ਜਾਂਦਾ ਹੈ ਸਟਮਕ ਉਹ ਆਰਗਨ ਹੈ ਜਿਹਦੇ ਵਿੱਚ ਖਾਣਾ ਜਾ ਕੇ ਰੁਕਦਾ ਹੈ ਸੋ ਅੰਦਰ ਜਾ ਕੇ ਉਹਨੂੰ ਫੁਲਾ ਦਿੰਦੇ ਹੈ ਵਿਦ ਵਾਟਰ ਔਰ ਉਹ ਸਟਮਕ ਦੀ ਸਪੇਸ ਜਿਹੜੀ ਆਕੂਪਾਈ ਕਰਕੇ ਰੱਖਦਾ ਪੇਸ਼ੈਂਟ ਨੂੰ ਥੋੜ੍ਹਾ ਖਾਣਾ ਖਾਣ ਨਾਲ ਫੀਲਿੰਗ ਆਉਂਦੀ ਹੈ ਕਿ ਮੇਰਾ ਪੇਟ ਭਰ ਗਿਆ ਪਰ ਉਹਦੀ ਪ੍ਰੋਬਲਮ ਇਹ ਹੈ ਕਿ ਇਟ ਕੈਨ ਬੀ ਪਲੇਸ ਫੋਰ 6 ਮੰਥਸ ਟੂ 12 ਮੰਥਸ 12 ਮਹੀਨੇ ਤੋਂ ਜ਼ਿਆਦਾ ਨਹੀਂ ਰੱਖ ਸਕਦੇ ਥੋੜਾ ਰਿਸਕ ਆ ਰਿਹਾ ਕੰਮ ਹੋ ਜੇ ਇਹਦੇ ਵਿੱਚ ਰਿਸਕ ਇਜ਼ देयर ਬਟ 12 ਮਹੀਨੇ ਤੋਂ ਬਾਅਦ ਉਹ ਕੱਢਣਾ ਹੀ ਪਏਗਾ ਓਕੇ ਸੋ ਇੱਕ ਵਾਰੀ ਉਹ ਰਿਮੂਵ ਹੋ ਗਿਆ ਤਾਂ ਫਿਰ ਤੁਹਾਡਾ ਸਟਮਕ ਦਾ ਸਾਈਜ਼ ਜਿਸ ਤਰ੍ਹਾਂ ਪਹਿਲਾਂ ਸੀਗਾ ਉਹ ਨਹੀਂ ਹੈ ਦੁਬਾਰਾ ਹੁਣ ਤੁਹਾਡੇ ਤੇ ਉਸ ਤੋਂ ਬਾਅਦ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਮੇਨਟੇਨ ਕਰਨਾ ਹੈ ਔਰ ਇਹ ਐਕਸਪੈਂਸਿਵ ਵੀ ਹੈ ਬਲੂਨ ਦੀ ਕਾਸਟ ਇਜ਼ ਮੋਰ ਦੈਨ 1 ਲੱਖ ਇੰਡੀਅਨ ਰੁਪੀਸ ਓਕੇ ਕੁਝ ਲੋਕ ਹੈ ਜਿਹੜੇ ਟੋਲਰੇਟ ਕਰਦੇ ਕੁਝ ਪੇਸ਼ੈਂਟਸ ਚ ਬਲੂਨ ਅੰਦਰ ਪਾਉਣ ਤੋਂ ਬਾਅਦ ਬਹੁਤ ਸਿਵੀਅਰ ਵੋਮਿਟਿੰਗ ਜਾਂ ਨੌਜ਼ੀਆ ਵੋਮਿਟਿੰਗ ਵਰਗੀ ਫੀਲਿੰਗ ਆਉਂਦੀ ਹੈ ਕੁਝ ਪੇਸ਼ੈਂਟਸ ਤੇ ਕੱਢਣਾ ਵੀ ਪੈਂਦਾ ਹੈ ਆਫਟਰ ਫਿਊ ਡੇਸ ਉਹ ਟੋਲਰੇਟ ਨਹੀਂ ਕਰ ਪਾਉਂਦੇ ਜੀ ਸੋ ਜਿਸ ਤਰ੍ਹਾਂ ਇਸਾ ਟਾਈਮ ਜਾਏਗਾ ਮੇ ਬੀ ਹੋਰ ਨਵੇਂ ਬਲੂਨਸ ਆਣਗੇ ਜਿਹੜੇ ਸ਼ਾਇਦ ਹੋਰ ਸਕਸੈਸਫੁਲ ਹੋਣ ਜੀ ਮਤਲਬ ਕਿ ਇਹਨਾਂ ਦਾ ਰਿਜ਼ਲਟ ਜਿਹੜਾ ਉਹ ਬਾਕੀ ਸਾਡੇ ਤੇ ਡਿਪੈਂਡ ਕਰਦਾ ਹੈ ਕਿ 12 ਮਹੀਨੇ ਤੋਂ ਬਾਅਦ ਇਹਨਾਂ ਨੂੰ ਕੱਢਣਾ ਪੈਣਾ ਹੈ ਉਸ ਤੋਂ ਬਾਅਦ ਅਸੀਂ ਜਿਵੇਂ ਇਹਨਾਂ ਨੂੰ ਮਤਲਬ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਹੈ ਉਹ ਸਾਡੇ ਤੇ ਡਿਪੈਂਡ ਕਰਦਾ ਜਿਵੇਂ ਕਿ ਅਸੀਂ ਬੈਰੀਐਟ੍ਰਿਕ ਸਰਜਰੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਕਮ ਸੇ ਕਮ ਸਾਨੂੰ ਲੌਂਗ ਟਾਈਮ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲਦੇ ਹੈ ਉਹਦੇ ਜੋ ਅਸੀਂ ਚੇਂਜ ਕਰਨਾ ਉਹ ਆਲਮੋਸਟ ਲਾਈਫ ਲੌਂਗ ਰਹਿਣਾ ਸੋ ਪੇਸ਼ੈਂਟ ਐਫਰਟ ਔਰ ਪੇਸ਼ੈਂਟ ਕਮਿਟਮੈਂਟ ਉਨੀ ਜ਼ਿਆਦਾ ਪ੍ਰੋਬੇਬਲੀ ਰਿਕੁਆਇਰਡ ਨਹੀਂ ਹੈ ਜਿੰਨੀ ਬਲੂਨ ਲਈ ਹੈ ਜੀ ਸੋ ਬਟ ਆਈ ਥਿੰਕ ਲਾਸਟ ਐਟ ਦੀ ਐਂਡ ਆਫ ਦ ਡੇ ਜਿਹੜਾ ਡਿਸੀਜਨ ਹੈ ਦੈਟ ਲਾਈਜ਼ ਵਿਦ ਦੀ ਪੇਸ਼ੈਂਟ ਪੇਸ਼ੈਂਟ ਕਿੰਨਾ ਮੋਟੀਵੇਟਿਡ ਹੈ ਉਹ ਹਰ ਪ੍ਰੋਸੀਜਰ ਨੂੰ ਸਾਡੇ ਕੋਲ ਆ ਕੇ ਅੱਛੀ ਤਰ੍ਹਾਂ ਸਮਝੇ ਜੀ ਦੈਨ ਪੇਸ਼ੈਂਟ ਡਿਸਾਈਡਸ ਕਿ ਮੈਂ ਇਹ ਕਰਵਾਉਣਾ ਜੀ ਇੱਕ ਜਿਵੇਂ ਲੇਡੀਜ਼ ਜਿਨ੍ਹਾਂ ਦੀ ਡਿਲੀਵਰੀ ਹੋਈ ਹੁੰਦੀ ਹੈ ਇੱਕਦਮ ਉਹਨਾਂ ਦਾ ਬਹੁਤ ਜ਼ਿਆਦਾ ਵੇਟ ਗੇਨ ਕਰ ਲੈਂਦੀਆਂ ਨੇ ਤੇ ਉਹ ਵਾਪਸ ਆਪਣੀ ਪੋਜੀਸ਼ਨ ਦੇ ਵਿੱਚ ਆਪਣੀ ਸ਼ੇਪ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਬਟ ਕਈ ਵਾਰੀ ਉਹਨਾਂ ਦਾ ਵੇਟ ਨਹੀਂ ਘਟਦਾ ਹੈਗਾ ਕਿ ਜਿਨ੍ਹਾਂ ਦੇ ਸੀ ਸੈਕਸ਼ਨ ਵਗੈਰਾ ਹੋਏ ਨੇ ਜਾਂ ਕੁਛ ਐਵੇਂ ਦੀ ਡਿਲੀਵਰੀਜ਼ ਦੇ ਵਿੱਚੋਂ ਕੁਛ ਲੰਘੀਆਂ ਨੇ ਕਿ ਉਹ ਵੀ ਇਹ ਸਰਜਰੀ ਨੂੰ ਆਪਟ ਕਰ ਸਕਦੀਆਂ ਨੇ ਲੇਡੀਜ਼ ਸੀ ਸੈਕਸ਼ਨ ਜਿਹੜੇ ਬੜੇ ਆਲਮੋਸਟ ਆਈ ਥਿੰਕ ਹਰ ਪੇਸ਼ੈਂਟ ਦੇ ਹੀ ਹੁੰਦੇ ਅੱਜ ਕੱਲ੍ਹ ਔਰ ਜ਼ਿਆਦਾਤਰ ਪੇਸ਼ੈਂਟ ਜਿਹੜੇ ਬੈਰੀਐਟ੍ਰਿਕ ਸਰਜਰੀ ਲਈ ਫੀਮੇਲਸ ਆਉਂਦੀਆਂ ਉਹਨਾਂ ਦੇ ਪ੍ਰੀਵੀਅਸ ਕੋਈ ਨਾ ਕੋਈ ਸਰਜਰੀ ਹੋਈ ਹੁੰਦੀ ਹੈ ਓਕੇ ਸੋ ਇਟ ਕੈਨ ਡਟ ਕਾਫੀ ਪੇਸ਼ੈਂਟਸ ਫੀਮੇਲ ਹਰਨੀਆ ਹੁੰਦਾ ਔਰ ਅਸੀਂ ਇਸ ਸਰਜਰੀ ਦੇ ਨਾਲ ਹਰਨੀਆ ਵੀ ਰਿਪੇਅਰ ਕਰ ਸਕਦੇ ਹਾਂ ਓਕੇ ਠੀਕ ਹੈ ਤੇ ਇੱਕ ਜਿਵੇਂ ਅੱਜ ਕੱਲ੍ਹ ਟ੍ਰੀਟਮੈਂਟ ਚੱਲੀ ਹੈ ਟਮੀ ਟੱਕ ਦੀ ਬਹੁਤ ਜ਼ਿਆਦਾ ਅਸੀਂ ਸੁਣਨ ਨੂੰ ਮਿਲਦੇ ਹਾਂ ਤੇ ਇਹਦੇ ਵਿੱਚ ਕੀ ਇਹ ਸਰਜਰੀ ਹੈਗੀ ਆ ਜਾਂ ਇਹਦਾ ਕੀ ਸਾਈਡ ਇਫੈਕਟ ਜਾਂ ਇਹਦਾ ਕੀ ਇਫੈਕਟ ਦੇਖਣ ਨੂੰ ਮਿਲਦਾ ਆ ਕਿਉਂਕਿ ਟਮੀ ਦਾ ਨਾਮ ਮਤਲਬ ਕਿਤਨਾ ਕਿਤੇ ਬੈਲੀ ਨਾਲ ਜੁੜੀ ਹੋਈ ਹੈ ਚੀਜ਼ ਹੈਗੀ ਹੈ ਨਾ ਤੇ ਪਤਾ ਇਹਦੇ ਬਾਰੇ ਥੋੜਾ ਦੱਸ ਦਿਓ ਟਮੀ ਟੱਕ ਬੇਸਿਕਲੀ ਜਿਹੜੇ ਸਾਡੇ ਐਬਡੋਮਨ ਲੋਅਰ ਪੇਟ ਦਾ ਲੋਅਰ ਹਿੱਸਾ ਹੈਗਾ ਉਹ ਹੈਂਗ ਕਰ ਰਿਹਾ ਤਾਂ ਉਹਨੂੰ ਅਸੀਂ ਐਕਸਰਸਾਈਜ਼ ਕਰ ਦਿੰਦੇ ਹਾਂ ਮਤਲਬ ਕੱਟ ਦਿੰਦੇ ਸੋ ਪੂਰੇ ਪੇਟ ਦੇ ਅਕ੍ਰੋਸ ਕੱਟ ਦੇ ਕੇ ਜਿੰਨਾ ਫਾਲਤੂ ਸਕਿਨ ਉਹਦੇ ਨਾਲ ਵੀ ਫੈਟ ਹੈ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਓਕੇ ਇਹ ਅਸੀਂ ਕੁਝ ਬੈਰੀਐਟ੍ਰਿਕ ਪੇਸ਼ੈਂਟਸ ਦੇ ਬਾਅਦ ਆਫਟਰ ਬੈਰੀਐਟ੍ਰਿਕ ਕਰਦੇ ਹਾਂ ਸਪੋਜ਼ ਕਿਸੇ ਦਾ ਵੇਟ 150 ਕੇਜੀਜ਼ ਹੈ ਨੋਰਮਲ ਵੇਟ 80 ਕੇਜੀ ਹੀ ਹੈ ਜਦੋਂ ਇੰਨਾ ਵੇਟ ਲੂਜ਼ ਹੋਏਗਾ ਔਰ ਪੇਸ਼ੈਂਟ ਜੇਕਰ ਏਜ ਜ਼ਿਆਦਾ ਹੈ ਤਾਂ ਹੋ ਸਕਦਾ ਕੁਝ ਸਕਿਨ ਜਿਹੜੀ ਹੈ ਉਹ ਨੀਚੇ ਲੂਜ਼ ਹੋਵੇ ਜੀ ਉਹਨੂੰ ਅਸੀਂ ਰਿਮੂਵ ਕਰਨ ਲਈ ਬਾਅਦ ਦੇ ਵਿੱਚ 1.5-2 ਸਾਲ ਦੇ ਬਾਅਦ ਉਹ ਲੂਜ਼ ਸਕਿਨ ਜਿਹੜੀ ਹੈ ਰਿਮੂਵ ਕਰ ਦਿੰਦੇ ਹਾਂ ਵਿਚ ਇਜ਼ ਕਾਲਡ ਟਮੀ ਟੱਕ ਜਾਂ ਮੈਡੀਕਲ ਟਰਮ ਚ ਉਹਨੂੰ ਐਬਡੋਮਿਨੋਪਲਾਸਟੀ ਸਰਜਰੀ ਕਹਿੰਦੇ ਲੇਕਿਨ ਅਗਰ ਉਹ ਪੇਸ਼ੈਂਟ ਜਿਹੜਾ ਨੂੰ ਵੇਟ ਜ਼ਿਆਦਾ ਹੈ ਬੈਰੀਐਟ੍ਰਿਕ ਦੀ ਰੇਂਜ ਫਾਲ ਕਰਦਾ ਲੇਕਿਨ ਉਹ ਬੈਰੀਐਟ੍ਰਿਕ ਤੋਂ ਡਰ ਕੇ ਕਿ ਕੋਈ ਕੰਪਲੀਕੇਸ਼ਨ ਨਾ ਹੋ ਜਾਏ ਜਾਂ ਕੋਈ ਲੌਂਗ ਟਰਮ ਚ ਕੋਈ ਪ੍ਰੋਬਲਮ ਨਾ ਆਏ ਸਿੰਪਲ ਟਮੀ ਟੱਕ ਕਰਾ ਲੈਣ ਤਾਂ ਉਹਦਾ ਕੋਈ ਬਹੁਤ ਜ਼ਿਆਦਾ ਅੱਛਾ ਬੈਨੀਫਿਟ ਨਹੀਂ ਹੁੰਦਾ ਬਿਕੋਜ਼ ਉਹਨਾਂ ਦੇ ਅੰਦਰੋਂ ਦੀ ਕੁਛ ਵੀ ਚੇਂਜ ਨਹੀਂ ਹੁੰਦਾ ਬਾਡੀ ਸਿਸਟਮ ਜਿਹੜਾ ਉਹ ਸੇਮ ਹੀ ਰਹੇਗਾ ਸਟਮਕ ਦਾ ਸਾਈਜ਼ ਖਾਣੇ ਦਾ ਅਬਜ਼ੋਰਪਸ਼ਨ ਔਰ ਓਵਰ ਟਾਈਮ ਉਹ ਵੇਟ ਰੀਗੇਨ ਹੋ ਜਾਂਦਾ ਓਕੇ ਟਮੀ ਟੱਕ ਨਾਲ ਬਹੁਤ ਜ਼ਿਆਦਾ ਲੂਜ਼ ਵੀ ਨਹੀਂ ਹੋਏਗਾ ਯੂਜੂਅਲੀ ਹਾਰਡਲੀ 3-4 kg 5 kg ਇੰਨਾ ਕਿਲੋ ਬਟ ਇਫ ਇਟ ਪ੍ਰੋਪਰ ਸਿਰਫ ਉਹਨੇ ਪੋਰਸ਼ਨਸ ਨੂੰ ਹੀ ਕਵਰ ਕਰੇਗਾ ਜਿਹਨੂੰ ਅਸੀਂ
ਉਹਦੇ ਚ ਇੱਕ ਮੈਟਲ ਦਾ ਕੈਨੂਲਾ ਪਾ ਕੇ ਫੈਟ ਸੱਕ ਕੀਤੀ ਜਾਂਦੀ, ਲਾਈਪੋ ਮੀਨਸ ਫੈਟ ਔਰ ਲਾਈਪੋਸਕਸ਼ਨ ਮੀਨਸ ਫੈਟ ਨੂੰ ਸੱਕ ਕੀਤਾ ਜਾਂਦਾ ਹੈ। ਵੈਕਿਊਮ ਮਸ਼ੀਨ ਨਾਲ ਫੈਟ ਨੂੰ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕਿ ਫੈਟ ਜ਼ਿਆਦਾ ਉਹਨੂੰ ਰਿਮੂਵ ਕੀਤਾ ਜਾਂਦਾ। ਬਟ ਅਗੇਨ ਦ ਥਿੰਗ ਇਜ਼ ਕਿ ਬਹੁਤ ਜ਼ਿਆਦਾ ਨਹੀਂ ਕੱਟ ਸਕਦੇ, 5-7 ਕਿਲੋ ਮੈਕਸਿਮਮ ਇੰਨਾ ਫੈਟ ਰਿਮੂਵ ਕੀਤਾ ਜਾਂਦਾ। ਮਤਲਬ ਓਵਰਆਲ ਅਸੀਂ ਗੱਲ ਕੀਤੀ ਕਰੀਏ ਤਾਂ ਬੈਰੀਆਟ੍ਰਿਕ ਸਰਜਰੀ ਹੀ ਸਭ ਤੋਂ ਕਾਮਯਾਬ ਆ, ਕਿਉਂਕਿ ਇਹਦੇ ਵਿੱਚ ਅਸੀਂ ਮੈਕਸਿਮਮ ਤੋਂ ਮੈਕਸਿਮਮ ਵੇਟ ਆ ਜਿਹੜਾ ਆਪਣਾ ਘਟਾ ਸਕਦੇ ਆ ਸਰਜਰੀ ਦੇ ਰਾਹੀਂ। ਇਹ ਨਹੀਂ ਕਿ ਕਾਮਯਾਬ ਹੈ, ਇਟ ਡਿਪੈਂਡਸ ਕਿ ਤੁਹਾਡਾ BMI ਕਿੰਨਾ ਹੈ। ਅਗਰ ਤੁਹਾਡਾ BMI ਬੈਰੀਆਟ੍ਰਿਕ ਸਰਜਰੀ ਦੀ ਰੇਂਜ 'ਚ ਫਾਲ ਕਰ ਰਿਹਾ ਹੈ ਜੀ, ਫਿਰ ਉਸ ਤੋਂ ਘੱਟ ਸਰਜਰੀਜ਼ ਕਰਵਾ ਕੇ ਲਾਈਪੋਸੈਕਸ਼ਨ ਕਰਵਾ ਕੇ ਜਾਂ ਟਮੀ ਟੱਕ ਕਰਵਾ ਕੇ ਫਾਇਦਾ ਨਹੀਂ ਹੋਏਗਾ। ਲੇਕਿਨ ਅਗਰ ਤੁਹਾਡਾ ਵੇਟ ਹੀ ਸਪੋਜ਼ 30 BMI ਹੈ, ਤੁਹਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਥੋੜ੍ਹਾ ਜਿਹਾ ਘਟਾਉਣਾ ਚਾਹੁੰਦੇ ਹੋ, ਐਬਡੋਮਨ ਦੀ ਸ਼ੇਪ ਠੀਕ ਕਰਨਾ ਚਾਹੁੰਦੇ ਹੋ, ਜਾਂ ਕਿਸੇ ਨੂੰ ਡਬਲ ਚਿੰਨ ਹੈ, ਜਾਂ ਸਿਰਫ ਆਰਮਸ ਦੇ ਹਲਕਾ ਜਾਂ ਥੋੜ੍ਹੀ ਜਿਹੀ ਟਾਈਟ ਕਰਨੀ, ਉਹਨਾਂ ਲਈ ਇਹ ਕੋਸਮੈਟਿਕ ਪ੍ਰੋਸੀਜਰਸ ਹੈ ਜਿਹੜੇ ਕਹਿ ਲਓ ਲਾਈਪੋਸੈਕਸ਼ਨ। ਬਿਲਕੁਲ ਉਹਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਕਾਮਯਾਬੀ ਹਾਸਲ ਹੋ ਸਕਦੀ ਹੈ, ਤੇ ਉਹ ਵੀ ਕਿਤੇ ਨਾ ਕਿਤੇ ਵਾਪਸ ਆਪਣੀ ਸ਼ੇਪ ਵਿੱਚ ਆ ਕੇ ਬਿਲਕੁਲ ਆਪਣੀ ਇੱਕ ਅੱਛੀ ਲੁੱਕ ਲਿਆ ਸਕਦੇ ਨੇ। ਸੋ ਉਵੇਂ ਦੀ ਕੋਈ ਜ਼ਿਆਦਾ ਭਾਵਨਾ ਲਿਆਉਣ ਦੀ ਲੋੜ ਨਹੀਂ ਹੈ ਕਿ ਜੇਕਰ ਤੁਸੀਂ ਮੋਟੇ ਹੋ ਤਾਂ ਤੁਸੀਂ ਪਤਲੇ ਨਹੀਂ ਹੋ ਸਕਦੇ। ਅੱਜ ਕੱਲ੍ਹ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਅਤੇ ਬਹੁਤ ਜ਼ਿਆਦਾ ਆਪਸ਼ਨਸ ਅਵੇਲੇਬਲ ਹੈਗੇ ਨੇ ਕਿ ਤੁਹਾਡਾ ਵੇਟ ਜਿਹੜਾ ਆ ਉਹ ਘੱਟ ਸਕਦਾ ਆ। ਇਸ ਤੋਂ ਇਲਾਵਾ ਡਾਕਟਰ ਸਾਹਿਬ, ਮਾਰਕੀਟ ਦੇ ਵਿੱਚ ਵੀ ਬਹੁਤ ਜ਼ਿਆਦਾ ਫੂਡ ਸਪਲੀਮੈਂਟਸ ਬਹੁਤ ਜ਼ਿਆਦਾ ਅਵੇਲੇਬਲ ਹੋ ਰਹੇ ਨੇ, ਲੋਕੀ ਬਿਨਾਂ ਸੋਚੇ ਸਮਝੇ ਲੈਣਾ ਉਹਨੂੰ ਇਹਨਾਂ ਨੂੰ ਸ਼ੁਰੂ ਕਰ ਦਿੰਦੇ ਨੇ ਕਿ ਹਾਂ ਸ਼ਾਇਦ ਇਹ ਖਾਣ ਦੇ ਨਾਲ ਸਾਨੂੰ ਫਾਇਦਾ ਹੋ ਜਾਏਗਾ, ਇੱਕ ਦੂਜੇ ਦੀ ਰੀਜ਼ ਦੇ ਵਿੱਚ ਖਾਣਾ ਸ਼ੁਰੂ ਕਰ ਦਿੰਦੇ ਨੇ, ਇਹਨਾਂ ਦਾ ਕਿੰਨਾ ਕੁ ਅਸਰ ਵੈਸੇ ਵਾਕਈ ਦੇਖਣ ਨੂੰ ਮਿਲਦਾ ਇਹਨਾਂ ਦਾ ਅਸਰ? ਇਹ ਵੀ ਅਗੇਨ ਸੇਮ ਥਿੰਗ ਕਿ ਇਹਨਾਂ ਦਾ ਅਸਰ 5-10% ਤੱਕ ਵੇਟ ਲੂਜ਼ ਕਰਨ 'ਤੇ ਹੈ, ਇਸ ਤੋਂ ਜ਼ਿਆਦਾ ਨਹੀਂ। ਸੋ ਜਿਹੜੇ ਪੇਸ਼ੈਂਟ ਸਾਡੇ ਕੋਲ ਇਸ ਕੈਟੇਗਰੀ 'ਚ ਫਾਲ ਕਰਦੇ ਆ, ਲੈਸ ਦੈਨ BMI 32.5, ਉਹਨਾਂ 'ਚ ਅਸੀਂ ਵੀ ਫੂਡ ਸਪਲੀਮੈਂਟਸ ਦਿੰਦੇ ਹਾਂ ਕਿ 1 ਜਾਂ 2 ਡਾਈਟ ਸੀਡੀਆਂ ਮਿਸ ਕਰਕੇ ਇਹ ਸਪਲੀਮੈਂਟ ਲਓ। ਇਟ ਇਜ਼ ਨੋਟ ਐਕਚੁਅਲੀ ਸਪਲੀਮੈਂਟ, ਇਟ ਇਜ਼ ਯੂਜ਼ ਐਜ਼ ਅ ਰਿਪਲੇਸਮੈਂਟ। ਓਕੇ, ਤੁਸੀਂ ਲੰਚ ਨਹੀਂ ਕਰਨਾ ਇਹਨੂੰ ਰਿਪਲੇਸ ਕਰਕੇ ਪਾਊਡਰ ਲੈਣਾ ਹੈ, ਜਾਂ ਡਿਨਰ ਨਹੀਂ ਕਰਨਾ ਇਹਨੂੰ ਰਿਪਲੇਸ ਕਰਕੇ ਇਸ ਜਗ੍ਹਾ ਪਾਊਡਰ ਲੈਣਾ। ਪਾਊਡਰ ਜਿਹੜਾ ਉਹ ਇਟ ਇਜ਼ ਰਿਚ ਇਨ ਪ੍ਰੋਟੀਨਸ, ਅਤੇ ਉਹਦੇ 'ਚ ਫੈਟ ਔਰ ਕਾਰਬੋਹਾਈਡਰੇਟਸ ਦੀ ਕੁਆਂਟਿਟੀ ਘੱਟ ਹੁੰਦੀ, ਸੋ ਉਹਦੇ ਨਾਲ ਜਿਹੜੀ ਹੈ ਬੋਡੀ ਦੀ ਪ੍ਰੋਟੀਨ ਦੀ ਕੁਆਂਟਿਟੀ ਬਣੀ ਰਹਿੰਦੀ ਹੈ ਔਰ ਕੈਲਰੀਜ਼ ਘੱਟ ਜਾਂਦੀ ਹੈ ਜੀ। ਕਈ ਵਾਰੀ ਜਿਵੇਂ ਜਿਮ ਵਿੱਚ ਵੀ ਜਾਂਦੇ ਨੇ ਜਿਹੜੇ ਐਕਸਰਸਾਈਜ਼ ਕਰਦੇ ਨੇ, ਤੇ ਉਹਨਾਂ ਨੂੰ ਉੱਥੇ ਮਤਲਬ ਪ੍ਰੋਟੀਨ ਪਾਊਡਰਸ ਵਗੈਰਾ ਦਿੱਤੇ ਜਾਂਦੇ ਨੇ, ਸ਼ੇਕਸ ਵਗੈਰਾ ਦਿੱਤੇ ਜਾਂਦੇ ਨੇ, ਬਟ ਜਦੋਂ ਜਿਮ ਛੱਡ ਦਿੰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਬੋਡੀ ਵਿੱਚ ਫਲਾਵਟ ਦੇਖਣ ਨੂੰ ਮਿਲਦੀ ਆ ਉਹਦੇ ਸ਼ੇਕਸ ਵਗੈਰਾ ਦੀ ਜਦੋਂ ਇਨਟੇਕ ਕਰਦੇ ਨੇ ਉਹ, ਤੇ ਉਵੇਂ ਦੇ ਫਿਰ ਪੇਸ਼ੈਂਟਸ ਦਾ ਤੁਹਾਡੇ ਕੋਲ ਜਦੋਂ ਕੋਈ ਆਉਂਦਾ ਐਵੇਂ ਦਾ ਜਿਹੜਾ ਜਿਮ ਦੇ ਵਿੱਚ ਜਾ ਕੇ ਜਾਂ ਕੁਛ ਐਵੇਂ ਦਾ ਇਨਟੇਕ ਕਰਕੇ ਐਵੇਂ ਦੇ ਪਾਊਡਰਸ ਵਗੈਰਾ ਸਪਲੀਮੈਂਟਸ ਵਗੈਰਾ ਖਾ ਕੇ ਉਹਨਾਂ ਦਾ ਵੇਟ ਵੱਧ ਜਾਂਦਾ, ਫਿਰ ਉਹਨਾਂ ਨੂੰ ਤੁਸੀਂ ਕੀ ਮਤਲਬ ਸੁਜੈਸਟ ਕਰਦੇ ਹੋ? ਅਗੇਨ ਡਿਪੈਂਡ ਕਰਦਾ ਉਹਦੀ ਹਿਸਟਰੀ 'ਤੇ ਕਿ ਸਭ ਤੋਂ ਜ਼ਿਆਦਾ ਵੇਟ ਕਿੰਨਾ ਸੀਗਾ, ਉਹਨੇ ਕਿੰਨਾ ਘਟਾ ਪਾਏ, ਕਿੰਨਾ ਰੀਗੇਨ ਹੋਇਆ ਜੀ, ਔਰ ਪ੍ਰੈਜੈਂਟਲੀ ਉਹਦਾ BMI ਕਿੰਨਾ। ਉਹ ਸਾਰੀ ਕੈਲਕੂਲੇਸ਼ਨਸ ਕਰਕੇ ਅਗਰ ਸਾਨੂੰ ਲੱਗਦਾ ਹੈ ਕਿ ਇਹ ਜਿਮ ਨਾਲ ਜਾਂ ਬਾਕੀ ਕਿਸੇ ਹੋਰ ਮੈਥਡ ਨਾਲ ਘਟਾ ਸਕਦਾ, ਤਾਂ ਉਸ ਨੂੰ ਇਨਕਰੇਜ ਕਰਦੇ ਹਾਂ ਕਿ ਪਹਿਲਾਂ ਤੁਸੀਂ ਟਰਾਈ ਕਰ ਲਓ ਮੇਬੀ ਅਨਦਰ ਫਿਊ ਮੋਰ ਮੰਥਸ, ਬਟ ਅਗਰ ਉਹਦਾ BMI ਜ਼ਿਆਦਾ ਹੈ, ਕਾਫੀ ਜ਼ਿਆਦਾ ਹੈ, ਦੈਨ ਵੀ ਫੀਲ ਕਿ ਬੈਰੀਆਟ੍ਰਿਕ ਇਜ਼ ਐਨ ਆਪਸ਼ਨ ਜੀ। ਤੁਹਾਡੇ ਕੋਲ ਜਿਵੇਂ ਪੇਸ਼ੈਂਟਸ ਆਉਂਦੇ ਆ, ਜ਼ਿਆਦਾ ਸੰਖਿਆ ਵਿੱਚ ਕੌਣ ਆਉਂਦੇ ਆ, ਲੇਡੀਜ਼ ਆਉਂਦੀਆਂ ਨੇ ਕਿ ਜੈਂਟਸ ਆਉਂਦੇ ਨੇ? ਆਈ ਥਿੰਕ ਲਿਟਲ ਬਿਟ ਮੋਰ ਆਫ ਫੀਮੇਲਸ ਜ਼ਿਆਦਾ ਕੌਨਸ਼ੀਅਸ ਨੇ ਬਿਲਕੁਲ ਆਪਣੀ ਹੈਲਥ ਨੂੰ ਲੈ ਕੇ, ਅਤੇ ਕੀ ਉਹਨਾਂ ਦੀ ਜ਼ਿਆਦਾ ਪਸੰਦ ਕਿਹੜੀ ਹੁੰਦੀ ਹੈ ਜੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਉਹਨਾਂ ਨੂੰ ਪੂਰਾ ਕੰਸਲਟ ਕਰਦੇ ਹੋ, ਅਤੇ ਉਹਨਾਂ ਦੀ ਕੀ ਪਹਿਲੀ ਪਸੰਦ ਹੁੰਦੀ ਹੈ, ਕਿਹੜੀ ਸਰਜਰੀ ਨੂੰ ਉਹ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ? ਇਹ ਕੁਛ ਪੇਸ਼ੈਂਟਸ ਆ ਜਿਹੜੇ ਆਲਰੇਡੀ ਨੈੱਟ ਤੋਂ ਬੜੀ ਰਿਸਰਚ ਕਰਕੇ ਆਏ ਹੁੰਦੇ ਜਾਂ ਕਿਸੇ ਹੋਰ ਬੈਰੀਆਟ੍ਰਿਕ ਸਰਜਨ ਨੂੰ ਮਿਲ ਕੇ ਆਏ ਹੁੰਦੇ, ਉਹਨਾਂ ਦੇ ਮਾਇੰਡ 'ਚ ਕਲੀਅਰ ਹੁੰਦਾ ਹੈ ਕਿ ਦਿਸ ਇਜ਼ ਦੀ ਸਰਜਰੀ ਵਿੱਚ ਆਈ ਵਾਂਟ ਟੂ ਆਪਟ। ਅਗਰ ਉਹ ਮੇਰੀ ਚੋਇਸ ਨਾਲ ਮੈਚ ਕਰਦੇ ਆ ਜੋ ਮੇਰਾ ਫਾਰਮੂਲਾ ਹੈ ਕੈਲਕੂਲੇਸ਼ਨ ਕਰਨ ਦਾ, ਦੈਨ ਵੀ ਗੋ ਅਹੈਡ। ਅਗਰ ਉਹ ਨਹੀਂ ਮੈਚ ਕਰਦੇ, ਸਪੋਜ਼ ਮੈਂ ਏ ਸਰਜਰੀ ਕਰਨਾ ਚਾਹੁੰਦਾ, ਉਹ ਬੀ ਕਰਵਾਉਣਾ ਚਾਹੁੰਦੇ, ਦੈਨ ਵੀ ਸੀ ਕਿ ਬੀ ਵੀ ਉਹਨਾਂ ਲਈ ਫਾਇਦੇਮੰਦ ਹੋਏਗੀ, ਕੋਈ ਨੁਕਸਾਨ ਤਾਂ ਨਹੀਂ ਕਰੇਗਾ। ਫਿਰ ਉਹਨੂੰ ਸਾਰੇ ਪ੍ਰੋਜ਼ ਐਂਡ ਕੌਨਸ ਦੱਸ ਕੇ ਕਿ ਇਹਨਾਂ ਦਾ ਕੀ ਫਾਇਦਾ ਨੁਕਸਾਨ ਹੈ, ਫਿਰ ਅਸੀਂ ਮਿਊਚੁਅਲੀ ਡਿਸਾਈਡ ਕਰਦੇ ਹਾਂ ਕਿ ਵੀ ਗੋ ਅਹੈਡ। ਜਿਹੜੇ ਡਾਇਬਟਿਕ ਪੇਸ਼ੈਂਟਸ ਹੁੰਦੇ ਨੇ ਕਿ ਉਹਨਾਂ ਦਾ ਵੀ ਇਸ ਦੇ ਵਿੱਚ ਇਲਾਜ ਕੀਤਾ ਜਾਂਦਾ ਸਰਜਰੀ ਦੇ ਥਰੂ, ਉਹਨਾਂ ਦੀ ਵੀ ਡਾਇਬਟੀਜ਼ ਵਗੈਰਾ ਤੇ ਕੰਟਰੋਲ ਕੀਤਾ ਜਾਂਦਾ, ਜਿਵੇਂ ਡਾਇਬਟੀਜ਼ 1 ਐਂਡ ਡਾਇਬਟੀਜ਼ 2 ਦੇ ਟਾਈਪ ਦੇ ਪੇਸ਼ੈਂਟਸ ਹੁੰਦੇ ਨੇ, ਤੇ ਉਹਨਾਂ ਦੇ ਨਾਲ ਇਹ ਸਰਜਰੀ ਦਾ ਕਿਵੇਂ ਮਤਲਬ ਕੰਬੀਨੇਸ਼ਨ ਕਰਵਾਉਂਦਾ ਹੈ?
ਇਹ ਸਰਜਰੀ ਮੇਨਲੀ ਡਾਇਬੀਟੀਜ਼ ਟਾਈਪ 2 ਲਈ ਪ੍ਰੈਫਰਡ ਹੈ। ਓਕੇ। ਟਾਈਪ 1 ਅਗਰ ਪੇਸ਼ੈਂਟ ਹੈ ਔਰ ਉਹਦਾ weight ਇੰਨਾ ਜ਼ਿਆਦਾ ਹੈ ਕਿ ਉਹਨੂੰ because of weight surgery ਕਰਵਾਉਣੀ ਪੈਂਦੀ ਹੈ, then it is a different story, we can do it। ਲੇਕਿਨ ਟਾਈਪ 2 ਡਾਇਬੀਟਿਕਸ ਦੇ ਵਿੱਚ ਇਹਦਾ ਕਾਫੀ ਜ਼ਿਆਦਾ ਰੋਲ ਹੈ, ਕਿਉਂਕਿ ਟਾਈਪ 2 ਡਾਇਬੀਟੀਜ਼ ਜ਼ਿਆਦਾਤਰ ਪੇਸ਼ੈਂਟਸ ਠੀਕ ਹੋ ਜਾਂਦੀ, ਰਿਜ਼ੋਲਵ ਹੋ ਜਾਂਦੀ। ਸੋ ਜਿਹੜੀ ਡਾਇਬੀਟੀਜ਼ ਰਿਮਿਸ਼ਨ ਹੈ, ਦੈਟ ਇਜ਼ ਕਮਿੰਗ ਅਪ ਨਾਓ ਐਜ਼ ਅ ਮੇਜਰ ਥਿੰਗ। ਈਵਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 27.5 BMI ਤੇ ਹੀ ਹੁਣ ਜ਼ਿਆਦਾਤਰ ਵਰਲਡ ਦੀਆਂ ਸੋਸਾਇਟੀਜ਼, ਈਵਨ ਲਾਸਟ ਡੇਟਾ ਆਇਆ ਵਰਲਡ 45 ਮੇਜਰ ਐਸੋਸੀਏਸ਼ਨ ਸੀਗੀਆਂ, ਜਿਨ੍ਹਾਂ 'ਚ ਅਮੈਰੀਕਨ ਡਾਇਬਟੀਜ਼ ਐਸੋਸੀਏਸ਼ਨ ADA, ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ, ਦੋ ਗਾਈਡਲਾਈਨਸ ਹੈ ਜਿਹੜੇ ਜ਼ਿਆਦਾਤਰ ਡਾਇਬਟੀਜ਼ ਟ੍ਰੀਟਮੈਂਟ ਲਈ ਵਰਲਡ ਓਵਰ ਫੋਲੋ ਹੁੰਦੇ। ਇਹ ਸਾਰਿਆਂ ਨੇ ਰਿਕਮੈਂਡ ਕੀਤਾ ਕਿ ਅਗਰ BMI 27.5 ਤੋਂ ਜ਼ਿਆਦਾ ਹੈ ਔਰ ਸ਼ੂਗਰ ਨਹੀਂ ਕੰਟਰੋਲ ਹੋ ਰਹੀ ਵਿਦ ਦੀ ਬੈਸਟ ਅਵੇਲੇਬਲ ਮੈਡੀਸਿਨ, ਦੈਨ ਯੂ ਸ਼ੁਡ ਆਪਟ ਫੋਰ ਮੈਟਾਬੋਲਿਕ ਸਰਜਰੀ। ਔਰ ਈਵਨ ਦੇਰ ਆਰ ਪੇਸ਼ੈਂਟਸ ਜਿਨ੍ਹਾਂ ਨੂੰ ਹਾਲੇ ਉਸ ਡਾਇਬਟੀਜ਼ ਸਟਾਰਟ ਹੀ ਹੋਈ ਹੈ, ਆਫਟਰ ਫਿਊ ਈਅਰ ਦੇ ਸੇ ਕਿ ਨਹੀਂ ਅਸੀਂ ਸਰਜਰੀ ਕਰਵਾ ਕੇ ਇਹਨੂੰ ਠੀਕ ਕਰਨਾ ਚਾਹੁੰਦੇ, ਉਹ ਵੀ ਪੇਸ਼ੈਂਟਸ ਨਾਓ ਦੇ ਆਰ ਕਮਿੰਗ ਅਪ। ਤੇ ਜਿਹੜੇ ਪੇਸ਼ੈਂਟਸ ਨੇ ਇੱਕ ਵਾਰੀ ਸਰਜਰੀ ਕਰਵਾ ਲਈ ਹੈ ਤੇ ਆਫਟਰ ਕੁਝ ਟਾਈਮ ਉਹਨਾਂ ਨੂੰ ਸਾਲ 10 ਸਾਲ 12 ਸਾਲ ਬਾਅਦ ਉਹ ਦੁਬਾਰਾ ਲੱਗ ਰਿਹਾ ਉਹਨਾਂ ਨੂੰ ਕਿ ਉਹਨਾਂ 'ਚ ਮੋਟਾਪਾ ਵਾਪਸ ਆਇਆ, ਕੀ ਇੱਕ ਵਾਰੀ ਸਰਜਰੀ ਕਰਵਾਉਣ ਤੋਂ ਬਾਅਦ ਉਹ ਦੁਬਾਰਾ ਸਰਜਰੀ ਕਰਵਾ ਸਕਦੇ ਨੇ? ਕਰਵਾ ਸਕਦੇ ਅਗਰ ਪੇਸ਼ੈਂਟ ਤਿਆਰ ਨਹੀਂ ਕਰੇ, ਉਹਨਾਂ ਨੂੰ ਭੁੱਲ ਗਿਆ ਕਿ ਮੈਂ ਸਰਜਰੀ ਕਰਵਾਈ ਹੈ, ਮੈਂ ਕੁਛ ਬੇਸਿਕ ਪ੍ਰਿੰਸੀਪਲ ਜਿਹੜੇ ਹੈਲਦੀ ਲਾਈਫ ਸਟਾਈਲ ਦੇ ਫੋਲੋ ਕਰਨੇ, ਅਗਰ ਉਹ ਵਾਕ ਇਨ ਪੇਸ਼ੈਂਟ ਕਰ ਰਿਹਾ ਹੈ ਜਾਂ ਫੂਡ ਜਿਹੜਾ ਰਿਪੀਟਿਡਲੀ ਅਨਹੈਲਦੀ ਲੈ ਰਿਹਾ ਹੈ। ਕਈ ਵਾਰੀ ਕੁਝ ਪੇਸ਼ੈਂਟਸ ਐਸ ਯੂ نو ਕਿ ਸਾਡਾ ਲਾਈਫ ਸਟਾਈਲ ਕਿ ਅੱਜ ਕੱਲ ਬਹੁਤ ਜ਼ਿਆਦਾ ਐਵੇਂ ਦਾ ਹੋ ਚੁੱਕਿਆ, ਹੈਕਟਿਕ ਸਕੇਜੂਲ ਹੋ ਚੁੱਕਿਆ, ਆਪਣੇ ਲਈ ਟਾਈਮ ਨਹੀਂ ਮਿਲਦਾ ਜਾਂ ਖਾਣਾ ਪ੍ਰੋਪਰ ਟਾਈਮ ਤੇ ਨਹੀਂ ਖਾਦਾ ਜਾਂਦਾ, ਉਹਦੇ ਕਰਕੇ ਕਿਤੇ ਨਾ ਕਿਤੇ ਜਾਂ ਸੈਡੈਂਟਰੀ ਲਾਈਫ ਸਟਾਈਲ ਦੇ ਕਰਕੇ ਦੁਬਾਰਾ ਆਪਣੀ ਸਿਹਤ ਵੱਲ ਨਹੀਂ ਇੰਨਾ ਧਿਆਨ ਦਿੱਤਾ ਜਾਂਦਾ, ਉਹਨਾਂ ਦੇ ਕਿਤੇ ਨਾ ਕਿਤੇ ਫਿਰ ਓਬੈਸਿਟੀ ਵੱਲ ਉਹ ਵੱਧਦੇ ਜਾ ਰਹੇ ਨੇ, ਤੇ ਉਹ ਦੁਬਾਰਾ ਐਵੇਂ ਦਾ ਆਪਸ਼ਨ ਲੈਣਾ ਚਾਹੁੰਦੇ ਨੇ, ਕੀ ਉਹ ਲੈ ਸਕਦੇ ਨੇ? ਲੈ ਸਕਦੇ ਨੇ, ਸਰਜਰੀ ਦੁਬਾਰਾ ਕੀਤੀ ਜਾ ਸਕਦੀ, ਬਟ ਅਗੇਨ ਦਿਸ ਇਜ਼ ਨਾਟ ਐਡਵਾਈਜ਼ੇਬਲ ਕਿ ਮੈਂ ਕਹਾਂ ਕਿ ਤੁਸੀਂ ਡਜ਼ਨਟ ਮੈਟਰ ਅੱਜ ਸਰਜਰੀ ਕਰਾਓ, 10 ਸਾਲ ਬਾਅਦ ਦੁਬਾਰਾ ਕਰਦਾ ਹੈ। ਸੋ ਪੇਸ਼ੈਂਟ ਨੂੰ ਧਿਆਨ ਰੱਖਣਾ ਚਾਹੀਦਾ ਹੈ, ਸਾਡੇ ਨਾਲ ਮਿਲਦੇ ਰਹਿਣਾ ਚਾਹੀਦਾ ਹੈ, ਅਸੀਂ ਬਾਰ ਬਾਰ ਉਹਨੂੰ ਪੁਸ਼ ਕਰਦੇ ਹਾਂ ਕਿ ਲਾਈਫ ਸਟਾਈਲ ਜਿਹੜੀ ਅੱਛੀ ਰੱਖੋ, ਬਿਕੋਜ਼ ਆਫ ਬੈਡ ਲਾਈਫ ਸਟਾਈਲ ਜਿਹੜੀ ਹੈ ਉਹਨੂੰ ਕਾਊਂਟਰ ਕਰਨ ਲਈ ਅਸੀਂ ਬਾਰ ਬਾਰ ਸਰਜਰੀਜ਼ ਕਰੀਏ, ਇਹ ਐਡਵਾਈਜ਼ੇਬਲ ਨਹੀਂ ਹੈ। ਜੀ, ਇੱਕ ਵਾਰ ਜਿਵੇਂ ਤੁਸੀਂ ਸਰਜਰੀ ਕਰਦੇ ਹੋ ਉਸ ਤੋਂ ਬਾਅਦ ਹੌਲੀ ਹੌਲੀ ਰਿਜ਼ਲਟ ਦੇਖਣ ਨੂੰ ਮਿਲਦਾ ਆ, ਇੱਕ ਸਾਲ ਬਾਅਦ ਤੁਸੀਂ ਜਿਵੇਂ ਕਹਿੰਦੇ ਹੋ ਕਿ ਸਾਲ ਬਾਅਦ ਵੀ ਇੱਕ ਵਾਰੀ ਪੇਸ਼ੈਂਟ ਨੂੰ ਸਾਡੇ ਨਾਲ ਜ਼ਰੂਰ ਕੰਸਲਟ ਕਰਨਾ ਚਾਹੀਦਾ ਆ, ਕੀ ਕੋਈ ਹੈਲਥ ਨੂੰ ਲੈ ਕੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਦੋਂ ਅਸੀਂ ਸਰਜਰੀ ਕਰਵਾਉਂਦੇ ਹਾਂ, ਉਸ ਤੋਂ ਬਾਅਦ ਕੋਈ ਹੈਲਥ ਰਿਲੇਟਡ ਪ੍ਰੋਬਲਮ ਤਾਂ ਨਹੀਂ ਦੇਖਣ ਨੂੰ ਮਿਲਦੀ? ਬਾਏ ਨਾਲ ਜੇਕਰ ਪੇਸ਼ੈਂਟ ਫੋਲੋ ਕਰਦੇ ਰਹੇ ਸਾਡੀ ਐਡਵਾਈਸ, ਵਿਟਾਮਿਨਸ, ਕੈਲਸ਼ੀਅਮ ਦੀ ਇਨਟੇਕ ਲੈਂਦਾ ਰਹੇ ਤਾਂ ਯੂਜੂਲੀ ਨਹੀਂ ਆਉਂਦੇ, ਫਿਰ ਵੀ ਇਟ ਇਜ਼ ਸੇਫਰ ਕਿ ਉਹਨੂੰ ਸਾਲ ਦੇ ਬਾਅਦ ਇੱਕ ਵਾਰੀ ਦੇਖਿਆ ਜਾਏ। ਉਹਦੇ ਕਈ ਸਾਰੇ ਰੀਜ਼ਨਸ ਹੈ, ਫਸਟ ਇਜ਼ ਕਿ ਸਾਲ ਦੇ ਵਿੱਚ ਪੇਸ਼ੈਂਟ ਕਾਫੀ ਕੁਛ ਭੁੱਲ ਜਾਂਦਾ ਜੋ ਅਸੀਂ ਉਹਨੂੰ ਐਡਵਾਈਸ ਦਿੱਤਾ, ਇਹ ਖਾਣਾ ਇਹ ਨਹੀਂ ਖਾਣਾ, ਮੈਡੀਸਿਨਸ ਪ੍ਰੋਪਰਲੀ ਲੈ ਰਿਹਾ ਨਹੀਂ ਲੈ ਰਿਹਾ, ਹੋ ਸਕਦਾ ਜੋ ਅਸੀਂ ਲਿਖੀਆਂ ਮੈਡੀਸਿਨ ਉਹਨੂੰ ਨਹੀਂ ਮਿਲ ਰਹੀਆਂ, ਉਹਨੇ ਸਬਸਟੀਟਿਊਟ ਕਰਕੇ ਕੁਛ ਹੋਰ ਲੈ ਲਿਆ, ਉਹ ਪ੍ਰੋਪਰਲੀ ਉਹਦੇ 'ਚ ਇਨਟੇਕ ਉਹਨੀ ਹੈ ਨਹੀਂ। ਉਹ ਪਲੱਸ ਅਸੀਂ ਕੁਛ ਬਲੱਡ ਟੈਸਟ ਵੀ ਕਰਦੇ ਹਾਂ ਕਿ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ, ਕਿਤੇ ਕੋਈ ਕਿਸੇ ਕਿਸੇ ਪੇਸ਼ੈਂਟ ਦਾ ਐਚ ਪੀ ਤਾਂ ਨਹੀਂ ਘੱਟ ਰਿਹਾ ਫੋਰ ਅਦਰ ਰੀਜ਼ਨਸ। ਸੋ ਉਹ ਸਾਲ 'ਚ ਇੱਕ ਵਾਰੀ ਪੇਸ਼ੈਂਟ ਨੂੰ ਰਿਕਮੈਂਡਡ ਹੈ ਕਿ ਜ਼ਰੂਰ ਦਿਖਾਉਣਾ ਚਾਹੀਦਾ। ਅਗੇਨ ਆਈ ਵਿਲ ਟੈਲ ਯੂ ਕਿ ਇਹ ਇੱਕ ਨੈਗੇਟਿਵਲੀ ਨਹੀਂ ਇਹਨੂੰ ਲੈਣਾ ਚਾਹੀਦਾ, ਈਵਨ ਅਦਰ ਸਰਜਰੀ ਜਿਸ ਤਰ੍ਹਾਂ ਅਸੀਂ ਲੇਸਿਕ ਕਰਾਉਂਦੇ ਹਾਂ ਅੱਖਾਂ ਦੇ, ਉਹਦੇ 'ਚ ਵੀ ਰਿਕਮੈਂਡਡ ਹੈ ਕਿ ਤੁਸੀਂ ਸਾਲ 'ਚ ਇੱਕ ਵਾਰੀ ਜ਼ਰੂਰ ਦਿਖਾਓ। ਲੇਕਿਨ ਜਿਨ੍ਹਾਂ ਦੇ ਸਪੈਕਟਸ ਉਤਰ ਜਾਂਦੇ ਹਨ ਉਹਨਾਂ ਨੂੰ ਆਫਟਰ ਫਿਊ ਈਅਰਸ ਭੁੱਲ ਜਾਂਦਾ ਕਿ ਉਹਨਾਂ ਨੂੰ ਕਦੇ ਸਪੈਕਟਸ ਲੱਗੇ ਸੀ, ਸੋ ਰੀਵਿਜ਼ਿਟ ਨਹੀਂ ਕਰਦੇ। ਜਦਕਿ ਦਿਸ ਇਜ਼ ਵੈਰੀ ਮਚ ਰਿਕਮੈਂਡਡ ਕਿ ਤੁਸੀਂ ਆਈ ਸਾਈਟ ਜਿਹੜੀ ਹੈ ਹਰ ਸਾਲ ਚੈੱਕ ਕਰਾਓ। ਔਰ ਇਸ ਤੋਂ ਇਲਾਵਾ ਤੁਸੀਂ ਦੇਖੋ ਹੁਣ ਬੜੇ ਸਾਰੇ ਡਿਜ਼ੀਜ਼ ਲਈ ਰਿਕਮੈਂਡਡ ਹੈ ਕਿ ਸਾਲ 'ਚ ਇੱਕ ਵਾਰੀ ਆਪਣੀ ਬੋਡੀ ਦੀ ਸਕਰੀਨਿੰਗ ਕਰਾਓ। ਔਰ ਬੜੇ ਸਾਰੇ ਲੋਕ ਹੁਣ ਐਜ਼ ਆ ਫੈਸ਼ਨ ਵੀ ਕਰਵਾਉਂਦੇ ਹੈ ਕਿ ਸਾਲ 'ਚ ਇੱਕ ਵਾਰੀ ਸਾਰੇ ਬਲੱਡ ਟੈਸਟ ਕਰਾ ਲਏ, ਸਕੈਨਿੰਗ ਕਰਾ ਲਏ। ਮੈਡੀਕਲ ਹਬ ਬਣ ਚੁੱਕਿਆ ਤੇ ਸਰਜਰੀਜ਼ ਦਾ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਫਿਊਚਰ ਹੈ? ਫਿਊਚਰ ਬੈਟਰ ਹੀ, ਐਵਰੀ ਈਅਰ ਨੰਬਰ ਆਫ ਸਰਜਰੀਜ਼ ਜਿਹੜੀਆਂ ਉਹ ਹੋਰ ਇੰਪਰੂਵ ਹੋ ਰਹੀਆਂ। ਪਹਿਲਾਂ ਆਪਸ਼ਨ ਨਹੀਂ ਸੀਗੀ, ਬਹੁਤ ਸਾਰੇ ਪੇਸ਼ੈਂਟ ਜਿਹੜੇ ਈਵਨ ਫੀਮੇਲਸ ਪ੍ਰੈਗਨੈਂਸੀ ਦੇ ਟਾਈਮ ਤੇ ਫੈਟ ਪਈ ਆ, ਉਸ ਤੋਂ ਬਾਅਦ ਦੇ ਵਿਲ ਟਿਲ ਦੀ ਐਂਡ ਆਫ ਦਰ ਲਾਈਫ ਦੇ ਵਿਲ ਰਿਮੇਨ ਓਬੀਸ। ਔਰ ਹੁਣ ਈਵਨ ਯੰਗ ਪਾਪੂਲੇਸ਼ਨ 'ਚ ਵੀ ਕਾਫੀ ਅਵੇਅਰਨੈਸ ਹੈ ਕਿ ਬੜੇ ਸਾਰੇ ਆਪਸ਼ਨ ਅਵੇਲੇਬਲ ਹੈ, ਔਰ ਇਹਦੇ ਬਿਕੋਜ਼ ਰਿਜ਼ਲਟਸ ਹੁਣ ਪਿਛਲੇ ਇੰਨੇ ਸਾਲਾਂ ਤੋਂ ਕਰ ਰਹੇ ਹਾਂ ਤਾਂ ਰਿਜ਼ਲਟਸ ਬੜੇ ਅੱਛੇ ਹੈ। ਸੋ ਡੈਫੀਨੇਟਲੀ ਐਵਰੀ ਈਅਰ ਨੰਬਰ ਆਫ ਪੀਪਲ ਹੂ ਆਰ ਅਡੋਪਟਿੰਗ ਬੈਰੀਐਟ੍ਰਿਕ ਸਰਜਰੀ ਆਰ ਕਮਿੰਗ। ਇੱਕ ਤਾਂ ਤੁਸੀਂ ਹੁਣ ਇਹ ਗੱਲ ਕੀਤੀ ਸੀ, ਤੁਸੀਂ ਦੱਸਿਆ ਸੀ ਕਿ ਜਿਹੜੇ ਅਨਮੈਰਿਡ ਲੋਕ ਨੇ ਉਹ ਇਹ ਸਰਜਰੀ ਨੂੰ ਆਪਟ ਕਰਦੇ ਆ ਕਿ ਜਾ ਕੇ ਉਹਨਾਂ ਦਾ ਜ਼ਿਆਦਾ ਸਗੋਂ ਸਟੈਮਿਨਾ ਬਿਲਡ ਹੁੰਦਾ ਆ। ਇੱਕ ਏਜ ਤੋਂ ਬਾਅਦ ਪ੍ਰੋਪਰ ਏਜ ਲਿਮਿਟ ਤੋਂ ਬਾਅਦ ਜਦੋਂ ਜਿਵੇਂ ਕੋਈ ਥੋੜ੍ਹਾ ਏਜ ਹੋ ਰਿਹਾ 50+,
ਤੇ ਉਹਨਾਂ ਨੂੰ ਆਬਵੀਅਸ ਆ ਜ਼ਿਆਦਾ ਮੋਟਾਪੇ ਦੇ ਕਰਕੇ ਨੀਸ ਪ੍ਰੋਬਲਮ ਜਾਂ ਕੁਛ ਐਵੇਂ ਦੀਆਂ ਪ੍ਰੋਬਲਮਸ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ ਤੇ ਜਦੋਂ ਉਹ ਵਾਲੇ ਪੇਸ਼ੈਂਟਸ ਤੁਹਾਡੇ ਕੋਲ ਆਉਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਕੀ ਰਿਕਮੈਂਡ ਕਰਦੇ ਹੋ ਕਿਉਂਕਿ ਮੋਟਾਪੇ ਦੇ ਕਰਕੇ ਕਿਤੇ ਨਾ ਕਿਤੇ ਅੱਗੇ ਜਾ ਕੇ ਥੋੜ੍ਹੀਆਂ ਕਹਿ ਦਿੰਦੇ ਹਾਂ ਜਿਵੇਂ ਬੋਨਸ ਵੀਕ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ ਤੁਸੀਂ ਆਪਣਾ ਭਾਰ ਪ੍ਰੋਪਰ ਨਹੀਂ ਆਪਣੇ ਪੈਰਾਂ 'ਤੇ ਚੱਲ ਪਾਉਂਦੇ ਫਿਰ ਐਵੇਂ ਦੇ ਪੇਸ਼ੈਂਟਸ ਦੇ ਲਈ ਕੀ ਆਪਸ਼ਨਸ ਅਵੇਲੇਬਲ ਨੇ ਅਗੇਨ ਸੇਮ ਕਿ ਇਹਨਾਂ ਦੇ ਪੇਸ਼ੈਂਟਸ ਅਗਰ ਸਪੋਜ਼ ਕੋਈ 50 ਪਲੱਸ ਹੈ ਉਹਦੇ ਨੀ ਜੁਆਇੰਟਸ ਨਹੀਂ ਕੰਮ ਕਰ ਰਹੇ ਤਾਂ ਆਰਥੋਪੀਡੀਸ਼ੀਅਨ ਜਿਹੜੇ ਡਾਕਟਰਸ ਹੈ ਉਹ ਰਿਕਮੈਂਡ ਕਰਦੇ ਹੈ ਕਿ ਜੁਆਇੰਟਸ ਰਿਪਲੇਸ ਕਰਨ ਤੋਂ ਪਹਿਲਾਂ ਬੇਰੀਟ੍ਰਿਕ ਸਰਜਰੀ ਕਰਾਓ ਅਗਰ ਤੁਸੀਂ ਉਸ ਕੈਟੇਗਰੀ 'ਚ ਫਾਲ ਕਰਦੇ ਹੋ ਕਿਉਂਕਿ ਵੇਟ ਇੰਨਾ ਜ਼ਿਆਦਾ ਹੈ ਤਾਂ ਨਵੇਂ ਜਿਹੜੇ ਜੁਆਇੰਟਸ ਪੈਣਗੇ ਉਹ ਵੀ ਕੰਮ ਨਹੀਂ ਕਰਨਗੇ ਪ੍ਰੋਪਰਲੀ ਜਾਂ ਉਹਨਾਂ ਦੀ ਲਾਈਫ ਕੱਟ ਜਾਏਗੀ ਸੋ ਉਹਨਾਂ 'ਚ ਵੀ ਇਹ ਸਰਜਰੀ ਕੀਤੀ ਜਾਂਦੀ ਹੈ ਉਹ ਦੇਖਿਆ ਜਾਂਦਾ ਕਿ ਬਹੁਤ ਸਾਰੇ ਪੇਸ਼ੈਂਟਸ ਤੋਂ ਉਸ ਤੋਂ ਬਾਅਦ ਜੁਆਇੰਟ ਰਿਪਲੇਸਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਯਾ ਬਹੁਤ ਸਾਰੇ ਸਾਲ ਉਹਨਾਂ ਨਿਕਲ ਜਾਂਦੇ ਆ ਵਿਦਆਊਟ ਨੀ ਰਿਪਲੇਸਮੈਂਟ ਜੀ ਤੇ ਉਹਨਾਂ ਦੀ ਸਕਸੈਸ ਰੇਸ਼ੋ ਕਿੰਨੀ ਹੈ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਜਦੋਂ ਅਸੀਂ ਮਤਲਬ ਥੋੜੀ ਟੀਨੇਜ ਵਿੱਚ ਜਿਮ ਜਾਂਦੇ ਤਾਂ ਅਸੀਂ ਜਲਦੀ ਵੇਟ ਰਿਡਿਊਸ ਕਰ ਲੈਂਦੇ ਮੈਟਾਬੋਲਿਜ਼ਮ ਸਾਡਾ ਉਸ ਅਕੋਰਡਿੰਗ ਹੁੰਦਾ ਹੈ ਬਟ ਜਦੋਂ ਅਸੀਂ ਥੋੜੀ ਜੀ 40 ਸਾਲ ਤੋਂ ਬਾਅਦ ਜਿਵੇਂ ਵਗੈਰਾ ਕਰਦੇ ਹਾਂ ਤੇ ਉਦੋਂ ਇੰਨੀ ਛੇਤੀ ਅਸੀਂ ਨਹੀਂ ਰਿਕਵਰ ਕਰ ਪਾਉਂਦੇ ਜੇ ਅਸੀਂ ਗੱਲ ਕਰੀਏ ਬੈਰੀਐਟ੍ਰਿਕ ਸਰਜਰੀ ਦੀ ਤਾਂ ਇੱਕ ਏਜਡ ਪਰਸਨ ਜਦੋਂ ਇਹ ਸਰਜਰੀ ਕਰਵਾਉਂਦਾ ਤਾਂ ਕਿੰਨੀ ਜਲਦੀ ਉਹਨੂੰ ਰਿਜ਼ਲਟ ਦੇਖਣ ਨੂੰ ਮਿਲਦੇ ਆ ਰਿਜ਼ਲਟ ਆਰ ਓਕੇ ਬਟ ਦਾ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ ਬਿਟਵੀਨ ਯੰਗ ਐਂਡ ਓਲਡ ਬਟ ਅਗਰ ਓਵਰਆਲ ਲਗਾਓ ਤਾਂ ਸਪੋਜ਼ ਫੋਰ ਅ ਗਿਵਨ ਹਾਈਟ ਕਿਸੇ ਦੀ 5-7 ਹਾਈਟ ਹੈ ਨੋਰਮਲ ਵੇਟ ਸੇ ਅਰਾਊਂਡ 70 kg ਹੈ ਤਾਂ ਯੰਗ ਪਾਪੂਲੇਸ਼ਨ 'ਚ ਜਾਣੋ ਜ਼ਿਆਦਾ ਐਂਥੂਸੀਆਜ਼ਮ ਹੁੰਦਾ ਕਿ ਮੈਂ ਅਗਰ 100 kg ਹਾਂ ਜਾਂ 120 ਹਾਂ ਆਈ ਸ਼ੁੱਡ ਕਮ ਟੂ 70 ਜਾਂ ਈਵਨ 65 ਬਿਕੋਜ਼ ਯੂ ਆਰ ਯੰਗ ਤੁਸੀਂ ਐਕਸਰਸਾਈਜ਼ ਕਰ ਸਕਦੇ ਉਹ ਵੀ ਅਗਰ ਤੁਸੀਂ ਐਲਡਰਲੀ ਪੇਸ਼ੈਂਟ ਲਓ ਜਿਹੜਾ 60 ਈਅਰਸ ਆਲਰੇਡੀ ਉਹਦੇ ਲਈ ਫਰੋਮ 120 to 80 ਵੀ ਦਰ ਵਿਲ ਬੀ ਅ ਬਿਗ ਰਿਲੀਫ ਉਹਨੂੰ ਬੜਾ ਬੈਟਰ ਫੀਲ ਹੋਏਗਾ ਉਹਦੇ ਸਾਰੇ ਸਿਸਟਮਸ ਬੈਟਰ ਕੰਮ ਕਰਨ ਲੱਗ ਜਾਣਗੇ ਸੋ ਦੇ ਐਕਸੈਪਟ ਅ ਲਿਟਲ ਹਾਇਰ ਵੇਟ ਐਜ਼ ਕੰਪੇਅਰਡ ਟੂ ਯੰਗਰ ਪਾਪੂਲੇਸ਼ਨ ਸੋ ਈਵਨ ਦੋ ਤੁਸੀਂ ਕਹੋ ਕਿ ਮੇਬੀ 10-20% ਦਾ ਫਰਕ ਵੀ ਹੋਏਗਾ ਤਾਂ ਵੀ ਉਹਨਾਂ ਪੇਸ਼ੈਂਟਸ ਲਈ ਉਹਨਾਂ weight loss ਵੀ ਬਹੁਤ ਮਾਇਨੇ ਰੱਖਦਾ ਬਹੁਤ achievable ਹੈ ਉਹਨਾਂ ਦੀ ਹਾਂ ਜਾਂ ਉਹਨਾਂ ਦੀ ਡਾਇਬੀਟੀਜ਼ ਠੀਕ ਹੋ ਗਈ ਹਾਈ ਬੀਪੀ ਠੀਕ ਹੋ ਗਿਆ ਜੁਆਇੰਟ ਪੇਨਸ ਠੀਕ ਹੋ ਗਈਆਂ ਜੀ ਚੱਲਣਾ ਫਿਰਨਾ ਸੌਖਾ ਹੋ ਗਿਆ ਸਾਹ ਚੜਦਾ ਸੀ ਉਹ ਠੀਕ ਹੋ ਗਿਆ ਜੀ ਦੇ ਅੰਦਰ ਹੈਪੀ ਤੇ ਜੇ ਅਸੀਂ ਗੱਲ ਕਰੀਏ ਜੈਂਟਸ ਦੀ ਅਤੇ ਲੇਡੀਜ਼ ਦੀ ਕਿ ਉਹਨਾਂ ਦੇ ਵਿੱਚ ਵੀ ਸੇਮ ਹੀ ਦੇਖਣ ਨੂੰ ਮਿਲਦਾ ਹੈ ਕਿ ਉਨੀ ਹੀ ਸਪੀਡ ਦੇ ਨਾਲ ਦੋਵੇਂ ਰਿਕਵਰ ਕਰਦੇ ਨੇ ਜਾਂ ਫਿਰ ਔਰਤਾਂ ਦੇ ਵਿੱਚ ਥੋੜੀ ਅਲੱਗ ਵੇ ਨਾਲ ਕੰਮ ਕਰਦਾ ਤੇ ਮਰਦਾਂ ਦੀ ਬੋਡੀ ਦੇ ਵਿੱਚ ਅਲੱਗ ਵੇ ਨਾਲ ਕੰਮ ਕਰਦਾ ਆ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ ਇਹ ਜ਼ਿਆਦਾਤਰ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਹੈ ਓਕੇ ਇੰਡੀਵਿਜੂਅਲ ਜਿਹੜਾ ਹੈ ਉਹਦੀ ਬੋਡੀ ਕਿਸ ਤਰ੍ਹਾਂ ਰਿਸਪੌਂਡ ਕਰਦੀ ਹੈ ਔਰ ਉਹ ਕਿੰਨਾ ਕਮਿਟਿਡ ਹੈ ਜੀ ਕੁਝ ਲੋਕ ਜ਼ਿਆਦਾ ਕਮਿਟਿਡ ਹੈ ਉਹ ਆਫਟਰ ਸਰਜਰੀ ਮੇਰੇ ਕੁਝ ਡਾਕਟਰਸ ਵੀ ਹੈ ਇਹਨਾਂ ਨੂੰ ਅਸੀਂ ਆਪਰੇਟ ਕੀਤਾ ਹੈ ਵੈਰੀ ਐਕਟਿਵ ਉਹ ਆਫਟਰ ਸਰਜਰੀ 12-12 ਕਿਲੋਮੀਟਰ ਵਾਕ ਤੇ ਚਲੇ ਜਾਂਦੇ ਆ ਬੈਡਮਿੰਟਨ ਖੇਡਦੇ ਦੇ ਹੈਵ ਲੋਸਟ ਲੋਟ ਆਫ ਵੇਟ ਵਿਦਇਨ 3 ਮੰਥਸ ਓਕੇ ਵੇਅਰ ਐਸ ਕੁਝ ਲੋਕ ਹੈ ਜਿਹੜੇ ਇਹਨਾਂ ਦੀ ਏਜ ਜ਼ਿਆਦਾ ਹੈ ਗੋਡੇ ਦਰਦ ਕਰਦੇ ਉਹੀ ਵੇਟ ਘਟਾਉਣ ਨੂੰ ਉਹਨਾਂ ਨੂੰ ਮੇਬੀ 1 ਇਅਰ ਲੱਗ ਜਾਂਦਾ ਹੈ 1.5 ਸਾਲ ਲੱਗ ਜਾਂਦਾ ਕੀ ਆਪਣੇ ਆਪ ਹੀ ਇੱਕ ਵੇਟ ਇੱਕ ਲਿਮਿਟ ਤੇ ਆ ਕੇ ਆਪਣੇ ਆਪ ਘਟ ਜਾਂਦਾ ਹੈ ਉੱਥੇ ਤੱਕ ਆ ਕੇ ਸਟਕ ਹੋ ਜਾਂਦਾ ਰੁਕ ਜਾਂਦਾ ਹੈ ਜਾਂ ਫਿਰ ਇਹ ਟਾਈਮ ਦੇ ਅਕੋਰਡਿੰਗ ਘਟਦਾ ਹੀ ਜਾਂਦਾ ਹੈ ਕਿਵੇਂ ਪਤਾ ਲੱਗੇਗਾ ਕਿ ਹਾਂ ਇੰਨਾ ਮੇਰੀ ਬੋਡੀ ਦਾ ਵੇਟ ਹੈ ਤੇ ਮੈਨੂੰ ਇੰਨੀ ਬੋਡੀ ਦੇ ਅਕੋਰਡਿੰਗ ਚਾਹੀਦਾ ਬੋਡੀ ਦਾ ਵੇਟ ਜਿਹੜਾ ਹੈ ਦੈਟ ਡਿਪੈਂਡਸ ਅਪਨ ਯਰ ਹਾਈਟ ਜਿੰਨਾ ਸਾਡਾ ਨਾਰਮਲ ਵੇਟ ਹੈ ਯੂਜੂਅਲੀ ਉੱਥੇ ਆ ਕੇ ਵੇਟ ਲਾਸ ਰੁਕ ਜਾਂਦਾ ਓਕੇ ਸੋ ਇਸ ਤਰ੍ਹਾਂ ਨਹੀਂ ਹੈ ਕਿ ਉਹ ਡਾਊਨ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਨੂੰ ਇਦਾਂ ਹੁੰਦਾ ਹੈ ਕਿ ਜੇ ਮੈਂ ਸਰਜਰੀ ਕਰਵਾ ਲਈਏ ਤੇ ਮੈਂ 3 ਮਹੀਨੇ ਦੇ ਵਿੱਚ ਜੇ 10 ਕਿਲੋ ਵੇਟ ਘੱਟ ਕਰ ਲਿਆ ਵਾ ਤੇ ਕਿਤੇ ਇਹ ਨਾ ਹੋਵੇ ਕਿ ਅੱਗੇ ਜਾ ਕੇ ਮੈਨੂੰ ਹੋਰ ਜ਼ਿਆਦਾ ਵੇਟ ਰਿਡਿਊਸ ਕਰਕੇ ਕੋਈ ਪ੍ਰੋਬਲਮਸ ਵਗੈਰਾ ਫੇਸ ਕਰਨੀਆਂ ਪੈਣ ਪਹਿਲੇ ਮਹੀਨਿਆਂ 'ਚ ਵੇਟ ਜਿਹੜਾ ਉਹ ਜ਼ਿਆਦਾ ਸਪੀਡ ਨਾਲ ਘੱਟਦਾ ਅੱਗੇ ਜਾ ਕੇ ਉਹਦੀ ਵੇਟ ਘਟਣ ਦੀ ਸਪੀਡ ਜਿਹੜੀ ਉਹ ਘਟਦੀ ਜਾਂਦੀ ਹੈ ਸੋ ਆਫਟਰ ਵਾਈ ਜਿਹੜਾ ਸਟੇਬਲਾਈਜ਼ ਹੋ ਜਾਂਦਾ ਸਟੇਬਲਾਈਜ਼ ਹੋ ਜਾਂਦਾ ਹੈ ਤੇ ਜਿਵੇਂ ਜਿਹੜੇ ਟੀਨੇਜ ਦੇ ਵਿੱਚ ਹੈਗੇ ਨੇ ਤੇ ਉਹ ਇਸ ਸਰਜਰੀ ਨੂੰ ਆਪਟ ਕਰਨਾ ਚਾਹੁੰਦੇ ਨੇ ਅਕੇਨ BMI ਉਹਨਾਂ ਦਾ ਦੇਖ ਕੇ ਤੁਸੀਂ ਉਹਨਾਂ ਨੂੰ ਸੁਜੈਸਟ ਕਰਦੇ ਹੋ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਟੀਨੇਜ ਵਿੱਚ ਹੈਗੇ ਨੇ ਉਹਨਾਂ ਦੇ ਤੁਸੀਂ ਕੀ ਰਿਜ਼ਲਟਸ ਮਤਲਬ ਪਹਿਲਾਂ ਇਸ ਤੋਂ ਪਹਿਲਾਂ ਕੀ ਕੀ ਟੈਸਟ ਕਰਵਾਉਂਦੇ ਹੋ ਕਿਸੇ ਵੀ ਸਰਜਰੀ ਤੋਂ ਪਹਿਲਾਂ ਕੁਝ ਰੂਟੀਨ ਟੈਸਟ ਕੀਤੇ ਜਾਂਦੇ ਨੇ ਜਿਨ੍ਹਾਂ 'ਚ ਬਲੱਡ ਕਿੰਨਾ ਹੈ ਹੀਮੋਗਲੋਬਿਨ ਕਿੰਨਾ ਹੈ ਬਲੱਡ ਗਰੁੱਪ ਕੀ ਹੈ ਵਾਇਰਲ ਮਾਰਕਰਸ ਕਿਡਨੀ ਦੇ ਲਿਵਰ ਦੇ ਟੈਸਟ ਕੋਲੈਸਟ੍ਰੋਲ ਇਹ ਰੂਟੀਨ ਟੈਸਟ ਸਾਰੇ ਕੀਤੇ ਜਾਂਦੇ ਨੇ ਪੇਟ ਦਾ ਸਕੈਨਿੰਗ ਐਕਸਰੇ ਛਾਤੀ ਦਾ ECG ਯੂਜੂਅਲੀ ਹਾਰਟ ਦੀ ਇਕੋਕਾਰਡੀਓਗ੍ਰਾਫੀ ਫਿਰ ਇੱਕ ਐਂਡੋਸਕੋਪੀ ਕਿਉਂਕਿ ਸਟਮਕ ਤੇ ਸਰਜਰੀ ਕਰਨੀ ਹੈ ਸਟਮਕ ਨੂੰ ਸਕਰੀਨਿੰਗ ਐਂਡੋਸਕੋਪੀ ਐਟ ਲੀਸਟ ਇਨ ਟੈਸਟ ਮਿਨਿਮਮ ਹੈ ਓਕੇ ਉਸ ਤੋਂ ਇਲਾਵਾ ਅਗਰ ਕਿਸੇ ਨੂੰ ਕੋਈ ਸਪੈਸਿਫਿਕ ਪ੍ਰੋਬਲਮ ਹੈ ਲੈਗਸ ਦੀ ਸੋਜਾ ਜ਼ਿਆਦਾ ਹੈ ਦੈਨ ਉਹਨਾਂ ਦੇ ਟੈਸਟ ਅਲੱਗ ਹੈ ਓਕੇ ਡਿਪੈਂਡਿੰਗ ਔਨ ਦੈਟ ਓਕੇ ਤੇ ਜਿਹੜੇ ਥਾਇਰਾਇਡ ਦੇ ਪੇਸ਼ੈਂਟਸ ਨੇ ਇਹਨਾਂ ਦਾ ਥਾਇਰਾਇਡ ਦੇ ਕਰਕੇ ਵੇਟ ਜ਼ਿਆਦਾ ਹੋ ਗਿਆ ਵਾ ਤੇ ਉਹ ਥਾਇਰਾਇਡ ਤੇ ਉਹਨਾਂ ਦੀ ਆਲਰੇਡੀ ਮੈਡੀਸਨ ਚੱਲ ਰਹੀ ਆ ਬਟ ਉਹਨਾਂ ਦਾ ਨਹੀਂ ਫਰਕ ਪੈ ਰਿਹਾ ਹੈਗਾ ਤੇ ਉਹਨਾਂ ਦਾ ਵੇਟ ਜਿਹੜਾ ਉਹ ਉੱਥੇ ਹੀ ਸਟਕ ਹੈ ਜਾਂ ਉਸ ਤੋਂ ਵੱਧ ਰਿਹਾ ਵਾ ਤੇ ਫਿਰ ਉਹਨਾਂ ਦੇ ਲਈ ਬੈਰੀਐਟ੍ਰਿਕ ਸਰਜਰੀ ਕਿਵੇਂ ਕੰਮ ਕਰਦੀ ਹੈ ਕਿ ਉਹਨਾਂ ਦੇ ਥਾਇਰਾਇਡ ਤੇ ਵੀ ਇਸ ਨਾਲ ਕੰਟਰੋਲ ਪਾਇਆ ਜਾ ਸਕਦਾ ਹੈ ਥਾਇਰਾਇਡ ਨੂੰ ਬੈਰੀਐਟ੍ਰਿਕ ਐਸਾ ਸਕਿਓਰ ਨਹੀਂ ਕਰਦਾ ਓਕੇ ਲੇਕਿਨ
ਕਿਉਂਕਿ ਆਫਟਰ ਸਰਜਰੀ ਵੇਟ ਘਟੇਗਾ ਤਾਂ ਜਿਸ ਤਰ੍ਹਾਂ ਵੇਟ ਘਟਦਾ ਜਾਏਗਾ ਉਹਨਾਂ ਦੀ ਬਾਡੀ ਦੀ ਥਾਇਰੋਇਡ ਦੀ ਰਿਕੁਆਇਰਮੈਂਟ ਘਟਦੀ ਜਾਏਗੀ ਸੋ ਯੂਜੁਅਲੀ ਥਾਇਰੋਇਡ ਜਿੰਨੀ ਉਹ ਟੈਬਲੇਟ ਲੈ ਰਹੇ ਉਹਦੀ ਡੋਜ਼ ਘੱਟ ਜਾਏਗੀ ਅਸੀਂ ਐਵਰੀ ਫਿਊ ਮੰਥਸ ਬਾਰ ਬਾਰ ਥਾਇਰੋਇਡ ਦੇ ਟੈਸਟ ਕਰਵਾ ਕੇ ਦੇਖਦੇ ਅਗਰ ਲੱਗਦਾ ਹੈ ਕਿ ਹੁਣ ਡੋਜ਼ ਜ਼ਿਆਦਾ ਤਾਂ ਉਹਨੂੰ ਥੋੜ੍ਹਾ ਜਿਹਾ ਘਟਾ ਦਿੰਦੇ ਪਰ ਇਹ ਨਹੀਂ ਹੋਏਗਾ ਕਿ ਥਾਇਰੋਇਡ ਬਿਲਕੁਲ ਠੀਕ ਹੋ ਜਾਏਗਾ ਔਰ ਥਾਇਰੋਇਡ ਦੀ ਮੈਡੀਸਿਨ ਜਿਹੜੀ ਹੈ ਇਟਸ ਅ ਵੈਰੀ ਸਿੰਪਲ ਮੈਡੀਸਿਨ ਰੋਜ਼ ਇੱਕ ਟੈਬਲੇਟ ਲੈਣੀ ਹੈ ਉਹਦਾ ਕੋਈ ਖਾਸ ਸਾਈਡ ਇਫੈਕਟ ਵੀ ਨਹੀਂ ਸੋ ਪੁਆਇੰਟ ਇਸ ਕਿ ਅਗਰ ਉਹਦਾ ਵੇਟ ਇੰਨਾ ਜ਼ਿਆਦਾ ਹੈ ਕਿ ਬਰੀਟ੍ਰਿਕ ਸਰਜਰੀ ਦੀ ਕੈਟੇਗਰੀ 'ਚ ਫੇਲ ਕਰਦਾ ਫਾਲ ਕਰਦਾ ਤਾਂ ਉਹ ਵਿਦਆਊਟ ਸਰਜਰੀ ਵੇਟ ਘਟਾ ਹੀ ਨਹੀਂ ਸਕਦੇ ਲੇਕਿਨ ਅਗਰ ਅਸੀਂ ਸਰਜਰੀ ਕਰ ਦਿੰਦੇ ਹਾਂ ਤਾਂ ਦੇ ਹੈਵ ਅ ਚਾਂਸ ਕਿ ਦੇ ਕੈਨ ਕਮ ਬੈਕ ਟੂ ਦੇਅਰ ਨੋਰਮਲ ਲਾਈਫ ਤੇ ਜਿਹੜੇ ਪੇਸ਼ੈਂਟਸ ਜਿਵੇਂ ਬੀਪੀ ਦੇ ਪੇਸ਼ੈਂਟਸ ਹੋ ਗਏ ਜਿਨ੍ਹਾਂ ਦਾ ਬੀਪੀ ਬਹੁਤ ਹਾਈ ਹੁੰਦਾ ਆ ਜਾਂ ਫਿਰ ਜਿਨ੍ਹਾਂ ਦੇ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਤੇ ਉਹਨਾਂ ਦੇ ਲਈ ਬੈਰੀਟ੍ਰਿਕ ਸਰਜਰੀ ਕੀ ਅੱਛਾ ਆਪਸ਼ਨ ਹੈ ਕਿਉਂਕਿ ਜਿਹੜੇ ਬੀਪੀ ਦੇ ਆਲਰੇਡੀ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ ਦਾ ਬੀਪੀ ਹਾਈ ਹੁੰਦਾ ਉਹਨੂੰ ਥੋੜ੍ਹਾ ਜਿਹਾ ਝਿਜਕ ਹੁੰਦੀ ਹੈ ਐਵੇਂ ਦੀਆਂ ਸਰਜਰੀਜ਼ ਵਗੈਰਾ ਕਰਵਾਉਣ ਤੋਂ ਜਾਂ ਕੋਈ ਵੀ ਸਰਜਰੀ ਕਰਵਾਉਣ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਨੋਰਮਲ ਬੀਪੀ ਕਰੋ ਤੁਸੀਂ ਉਸ ਤੋਂ ਬਾਅਦ ਹੀ ਅਸੀਂ ਕਿਸੇ ਵੀ ਟ੍ਰੀਟਮੈਂਟ ਨੂੰ ਹੱਥ ਪਾਵਾਂਗੇ ਤੇ ਉਹਨਾਂ ਪੇਸ਼ੈਂਟਸ ਲਈ ਫਿਰ ਤੁਸੀਂ ਉਹਨਾਂ ਨੂੰ ਕਿਵੇਂ ਆਪਟ ਕਰੋਗੇ ਇਸ ਸਰਜਰੀ ਨੂੰ ਸਿਮੀਲਰਲੀ ਬਿਫੋਰ ਸਰਜਰੀ ਅਸੀਂ ਬੀਪੀ ਨੋਰਮਲ ਕਰਨ ਦੀ ਮੈਡੀਸਿਨ ਜਿਹੜੀਆਂ ਉਹ ਸਟਾਰਟ ਕਰਦੇ ਹਾਂ ਜਦੋਂ ਬੀਪੀ ਨੀਅਰ ਨੋਰਮਲ ਆ ਜਾਂਦਾ ਦੈਨ ਵੀ ਡੂ ਦੀ ਸਰਜਰੀ ਜ਼ਿਆਦਾਤਰ ਪੇਸ਼ੈਂਟਸ ਉਸ ਤੋਂ ਬਾਅਦ ਬੀਪੀ ਕੰਟਰੋਲ ਹੋ ਜਾਂਦਾ ਔਰ ਬਹੁਤ ਸਾਰੇ ਪੇਸ਼ੈਂਟਸ ਸਾਰੀ ਦਵਾਈਆਂ ਵੀ ਬੰਦ ਹੋ ਜਾਂਦੀਆਂ ਬੀਪੀ ਐਂਡ ਕੋਲੇਸਟ੍ਰੋਲ ਦੇ ਵਿੱਚ ਜਿਨ੍ਹਾਂ ਦੀ ਕੋਲੇਸਟ੍ਰੋਲ ਪ੍ਰੋਬਲਮ ਚੱਲ ਰਹੀ ਹੈ ਆਲਰੇਡੀ ਕੋਲੇਸਟ੍ਰੋਲ ਆਲਸੋ ਉਹ ਐਸ ਸੱਚ ਅਗਰ ਕੋਲੇਸਟ੍ਰੋਲ ਥੋੜਾ ਜ਼ਿਆਦਾ ਹੈ ਤਾਂ ਉਹ ਸਰਜਰੀ ਲਈ ਕੰਟਰਾਇੰਡੀਕੇਸ਼ਨ ਨਹੀਂ ਹੁੰਦਾ ਲੇਕਿਨ ਆਫਟਰ ਸਰਜਰੀ ਕੋਲੇਸਟ੍ਰੋਲ ਵੀ ਘਟਦਾ ਜਾਂਦਾ ਓਕੇ ਤੁਸੀਂ ਸਰਜਰੀ ਕਰਵਾਉਣ ਤੋਂ ਪਹਿਲਾਂ ਇਹ ਜੀ ਕਿਹੜੀਆਂ ਮਤਲਬ ਟ੍ਰੀਟਮੈਂਟਸ ਦੇਖਦੇ ਹੋ ਕਿ ਪੇਸ਼ੈਂਟ ਦੇ ਕੋਲ ਫਿਲਹਾਲ ਇਸ ਵਗੈਰਾ ਟ੍ਰੀਟਮੈਂਟ ਦੀ ਜਾਂ ਇਹ ਵਾਲੀ ਮੈਡੀਸਿਨਸ ਨਾਲ ਚੱਲਦੀਆਂ ਹੋਣ ਤੇ ਉਹਨਾਂ ਪੇਸ਼ੈਂਟਸ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਐਵੇਂ ਦੀ ਕਿਹੜੀਆਂ ਤੁਸੀਂ ਸੁਜੈਸਟ ਕਰੋਗੇ ਕਿ ਉਹ ਵਾਲੇ ਪੇਸ਼ੈਂਟਸ ਨੂੰ ਇਹਨਾਂ ਸਰਜਰੀਸ ਤੋਂ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਆ ਅਵੋਇਡ ਨਹੀਂ ਕਰਨਾ ਚਾਹੀਦਾ ਅਗਰ ਕਿਸੇ ਨੂੰ ਕਿਸੇ ਦੇ ਸਟੈਂਟ ਪਿਆ ਜਾਂ ਹਾਰਟ ਬਾਈਪਾਸ ਹੋਇਆ ਜਾਂ ਫਿਰ ਐਨੀ ਅਦਰ ਰੀਜ਼ਨ ਉਹਨੂੰ ਬਲੱਡ ਥਿਨਰਸ ਚੱਲਦੇ ਓਕੇ ਉਹ ਇਹਨਾਂ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਸੀਂ ਡਾਕਟਰਸ ਕਾਰਡੀਓਲੋਜਿਸਟ ਮੈਡੀਸਿਨ ਦਿੰਦੇ ਹਾਂ ਕਿ ਤੁਹਾਡਾ ਖੂਨ ਜਿਹੜਾ ਥੋੜ੍ਹਾ ਪਤਲਾ ਰਹੇ ਸੋ ਜਿਨ੍ਹਾਂ ਦਾ ਬਲੱਡ ਥਿਨਰਸ ਚੱਲਦੇ ਆ ਉਹ ਕਿਸੇ ਵੀ ਸਰਜਰੀ ਤੋਂ ਕੁਛ ਦਿਨ ਪਹਿਲਾਂ ਉਹ ਬੰਦ ਕਰਨਾ ਪੈਂਦੇ ਡਿਪੈਂਡਿੰਗ ਅਪੋਨ ਕਿ ਕਿਸ ਤਰ੍ਹਾਂ ਦੀ ਮੈਡੀਸਿਨ ਚੱਲ ਰਹੀ ਜੀ ਸੋ ਅਸੀਂ ਜਾਂ ਤਾਂ ਮੈਡੀਸਿਨ ਚੇਂਜ ਕਰਦੇ ਹਾਂ ਜਾਂ ਉਹਨੂੰ ਲੋ ਡੋਜ਼ ਆਫ ਐਸਪਰੀਨ ਤੇ ਰੱਖ ਕੇ ਸਰਜਰੀ ਕਰਦੇ ਹਾਂ ਤੇ ਜਿਵੇਂ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਤੇ ਫਿਰ ਜਦੋਂ ਸਰਜਰੀਸ ਕਰਵਾ ਕੇ ਜਾਂਦੇ ਨੇ ਤੇ ਤੁਸੀਂ ਉਹਨਾਂ ਨੂੰ ਦੇਖਦੇ ਹੋ ਓਬਵੀਅਸ ਆ ਖੁਸ਼ੀ ਹੁੰਦੀ ਹੈ ਕਿ ਪੇਸ਼ੈਂਟ ਸੈਟੀਸਫਾਈ ਹੋ ਕੇ ਜਾਂਦੇ ਨੇ ਪੇਸ਼ੈਂਟਸ ਦਾ ਕੀ ਉਸ ਵੇਲੇ ਤੁਹਾਡੇ ਨੂੰ ਲੈ ਕੇ ਕੀ ਬਿਹੇਵ ਹੁੰਦਾ ਹੈ ਕੀ ਦੇਖਣ ਨੂੰ ਮਿਲਦਾ ਵਾ ਕੀ ਰਿਸਪਾਂਸ ਹੁੰਦਾ ਜਦੋਂ ਉਹਨਾਂ ਦਾ ਵੇਟ ਰਿਡਿਊਸ ਹੁੰਦਾ ਹੈ ਪੇਸ਼ੈਂਟਸ ਲਈ ਤਾਂ ਲਿਟਰਲੀ ਮੈਜਿਕ ਹੈ ਓਕੇ ਦੇ ਸਮ ਆਫ ਦੇ ਡੂ ਟੈਲ ਮੀ ਕਿ ਸਾਨੂੰ ਤਾਂ ਜਾਦੂ ਹੀ ਲੱਗਦਾ ਬਿਕੋਜ਼ ਦੇ ਨੈਵਰ ਐਕਸਪੈਕਟਡ ਕਿ ਜੋ ਅਸੀਂ ਕਹਿ ਰਹੇ ਹਾਂ ਉਹਨਾਂ ਸੱਚ ਹੋਏਗਾ ਜੀ ਜਸਟ ਸੀ ਕਿ ਕੋਈ ਪੇਸ਼ੈਂਟ ਜਿਹਦਾ ਵੇਟ 120 ਕੇਜੀ ਸੀਗਾ ਉਹ 75 ਤੇ ਆ ਗਿਆ ਉਹਦੀ ਡਾਇਬਟੀਜ਼ ਸੀ 10 ਸਾਲ ਤੋਂ ਬੀਪੀ 10 ਸਾਲ ਤੋਂ ਜ਼ਿਆਦਾ ਸੀ ਉਹ ਖਤਮ ਹੋ ਗਿਆ ਨੋਰਮਲ ਰੀਡਿੰਗ ਆ ਰਹੀ ਹੈ ਕੋਲੈਸਟ੍ਰੋਲ ਪੈਰਾਂ ਦਾ ਸੁੱਜਣਾ ਸਾਹ ਚੜ੍ਹਨਾ ਇਹ ਸਭ ਠੀਕ ਹੋ ਗਿਆ ਵਨ ਸਰਜਰੀ ਕਿਊਰਿੰਗ 10 ਡਿਜ਼ੀਜ਼ਸ ਇਸ ਮਿਰੇਕਲ ਯਾ ਬਿਲਕੁਲ ਤੁਸੀਂ ਬਹੁਤ ਸਹੀ ਗੱਲ ਕਹੀ ਹੈ ਤੇ ਸਾਡੇ ਅਸੀਂ ਆਪਣੇ ਪੇਸ਼ੈਂਟਸ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੇ ਕਿ ਮੋਟਾਪੇ ਤੋਂ ਪ੍ਰਭਾਵਿਤ ਨੇ ਤੇ ਉਹ ਆਪਣੀ ਵੇਟ ਰਿਡਿਊਸ ਕਰਨਾ ਚਾਹੁੰਦੇ ਨੇ ਜਿਮ ਵਿੱਚ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਪਰ ਉਹਨਾਂ ਦਾ ਵੇਟ ਰਿਡਿਊਸ ਨਹੀਂ ਹੁੰਦਾ ਇੱਕ ਵਾਰੀ ਤੁਸੀਂ ਜ਼ਰੂਰ ਡਾਕਟਰ ਆਹਲੂਵਾਲੀਆ ਦੇ ਨਾਲ ਸੰਪਰਕ ਕਰੋ ਉਹਨਾਂ ਤੋਂ ਸਲਾਹ ਜ਼ਰੂਰ ਮੰਗੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡਾ ਵੇਟ ਕਿਉਰ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਤੁਸੀਂ ਵਾਪਸ ਆਪਣੀ ਸ਼ੇਪ ਵਿੱਚ ਆ ਸਕਦੇ ਹੋ ਕਿ ਨਹੀਂ ਆ ਸਕਦੇ ਜਾਂਦੇ ਜਾਂਦੇ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਕਿ ਅਸੀਂ ਆਪਣੇ ਪੇਸ਼ੈਂਟਸ ਨੂੰ ਹੋਰ ਜ਼ਿਆਦਾ ਜਾਣਕਾਰੀ ਦੇ ਸਕੀਏ ਤੁਸੀਂ ਸਾਡੇ ਪੇਸ਼ੈਂਟਸ ਨੂੰ ਕੋਈ ਵੀ ਟਿਪ ਦੇਣਾ ਚਾਹੋਗੇ ਜਾਂ ਕੁਝ ਕਹਿਣਾ ਚਾਹੋਗੇ ਤਾਂ ਪਲੀਜ਼ ਤੁਸੀਂ ਸਾਡੇ ਪੇਸ਼ੈਂਟ ਵੀਵਰਸ ਨੂੰ ਕਹਿ ਸਕਦੇ ਹੋ ਟਿਪ ਇਹ ਹੀ ਹੈ ਕਿ ਜੋ ਮੈਂ ਤੁਹਾਨੂੰ ਕੈਟੇਗਰੀਜ਼ ਦੱਸੀਆਂ ਅਗਰ ਤੁਹਾਡਾ BMI ਉਸ ਕੈਟੇਗਰੀ 'ਚ ਫਾਲ ਕਰਦਾ 32.5 ਪਲੱਸ ਕੋਈ ਐਸੀ ਬਿਮਾਰੀ ਜਿਹੜੀ ਮੋਟਾਪੇ ਨਾਲ ਐਸੋਸੀਏਟਿਡ ਹੈ ਜਿਸ ਤਰ੍ਹਾਂ ਡਾਇਬਟੀਜ਼ ਬਲੱਡ ਪ੍ਰੈਸ਼ਰ ਕੋਲੈਸਟ੍ਰੋਲ ਜੋੜਾਂ ਦਾ ਦੁੱਖਣਾ ਜਾਂ BMI 37.5 ਤੋਂ ਜ਼ਿਆਦਾ ਹੈ ਈਵਨ ਦੋ ਕੋਈ ਹੋਰ ਬਿਮਾਰੀ ਵੀ ਨਹੀਂ ਹੈ ਔਰ ਤੁਸੀਂ ਵੇਟ ਲੂਜ਼ ਨਹੀਂ ਕਰ ਪਾ ਰਹੇ ਤਾਂ ਇੱਕ ਵਾਰੀ ਸਾਨੂੰ ਜ਼ਰੂਰ ਮਿਲੋ ਬਿਰੀਟ੍ਰਿਕ ਸਰਜਰੀ ਅੱਜ ਕੱਲ੍ਹ ਬਹੁਤ ਸੇਫ ਹੈ ਦੂਰਬੀਨ ਨਾਲ ਕੀਤੀ ਜਾਂਦੀ ਹੈ ਔਰ ਉਹਦੇ ਵੰਡਰਫੁਲ ਰਿਜ਼ਲਟਸ ਹੈ ਯੂ ਕੈਨ ਲਿਵ ਅ ਮੱਚ ਬੈਟਰ ਲਾਈਫ ਆਪਣੀ ਲਾਈਫ ਨੂੰ ਟਾਈਮਲੀ ਸਰਜਰੀ ਕਰਵਾ ਕੇ ਅਗਰ ਤੁਸੀਂ ਵੇਟ ਠੀਕ ਕਰਾ ਲਓਗੇ ਤਾਂ ਯੂ ਵਿਲ ਲਿਵ ਅ ਮੱਚ ਹੈਲਦੀਅਰ ਲਾਈਫ ਬਿਲਕੁਲ ਜੀ ਹੁਣ ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਬਹਿ ਕੇ ਉੱਥੇ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਬੈਰੀਐਟ੍ਰਿਕ ਸਰਜਰੀ ਅਵੇਲੇਬਲ ਹੈਗੀ ਹੈ ਮਾਰਕੀਟ ਦੇ ਵਿੱਚ ਤੇ ਤੁਸੀਂ ਆਪਣੇ ਆਪ ਨੂੰ ਵਾਪਸ ਖੂਬਸੂਰਤ ਵਾਪਸ ਸ਼ੇਪ ਦੇ ਵਿੱਚ ਪਾ ਸਕਦੇ ਹੋ ਫਿਲਹਾਲ ਡਾਕਟਰ ਜਸਮੀਤ ਸਿੰਘ ਅਹਲੂਵਾਲੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਵ ਚਰਚਾ ਪ੍ਰੋਗਰਾਮ ਵਿੱਚ ਆ ਕੇ ਸਾਡੇ ਵੀਵਰਸ ਨੂੰ ਇੰਨੀ ਅੱਛੀ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮੱਚ ਤੇ ਦੋਸਤੋ ਇਸੀ ਲਾਈਵ ਚਰਚਾ ਵਿੱਚ ਅੱਜ ਅਸੀਂ ਤੁਹਾਨੂੰ ਦੱਸਿਆ ਕਿ ਬੈਰੀਐਟ੍ਰਿਕ ਸਰਜਰੀ ਦੇ ਰਾਹੀਂ ਅਸੀਂ ਕਿਵੇਂ ਮੋਟਾਪੇ ਤੋਂ ਨਿਜਾਤ ਪਾ ਸਕਦੇ ਹਾਂ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਹਮਦਰਦ ਟੀਵੀ